सत श्री अकाल। तुसी देख रहे हो तख्त पंजाब, मैं तुहाडे नाल सुखविंदर सिंह, मेरे नाल सरदार रंजीत सिंह कुकी गिल जी मौजूद ने। असी बेहद अहम मुद्दों के उत्ते चर्चा करांगे। उम्मीद है कि तुसी अपने विचार पंजाबी च कमेंट करोगे ते लाइक शेयर जरूर करोगे। स्वागत है तुहाडा गिल साहब। थैंक यू सुखविंदर, सत श्री अकाल। सत श्री अकाल। ਵਿਰਸਾ ਸਿੰਘ ਵਲਟੋਆ ਨੂੰ ਹੁਣ ਅਕਾਲੀ ਦਲ ਨੇ ਵੀ ਬਾਅਦ ਦਾ ਰਸਤਾ ਦਿਖਾ ਦਿੱਤਾ ਹੈ। ਗਿੱਲ ਸਾਹਿਬ, ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ, ਪਰ ਜਿਹੜੀ 10 ਸਾਲ ਵਾਲੀ ਗੱਲ ਸੀ, ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ 10 ਸਾਲ ਲਈ ਪਾਰਟੀ ਚੋਂ ਬਾਹਰ ਕੱਢੋ, ਉਹ ਸਾਹਮਣੇ ਨਹੀਂ ਆ ਰਹੀ। ਜਾਂ ਉਹਨੂੰ ਕਿਵੇਂ ਅੱਗੇ ਵਧਾਇਆ ਜਾਵੇਗਾ, ਜਾਂ ਵਿਰਸਾ ਸਿੰਘ ਵਲਟੋਆ ਜਿਵੇਂ, ਹਾਲਾਂਕਿ ਮੈਟਰ ਵੱਖੋ ਵੱਖਰਾ ਹੈ, ਜਿਵੇਂ ਸੁੱਚਾ ਸਿੰਘ ਲੰਗਾਹ ਦੇ ਨਾਲ ਜੋ ਬੀਤਿਆ ਉਹਨਾਂ ਨੂੰ ਫਿਰ ਵਾਪਸੀ ਕਰਾ ਲਈ, ਕੀ ਏਦਾਂ ਸਮਾਂ ਆਉਣ ਤੇ ਕਰ ਦਿੱਤਾ ਜਾਏਗਾ? ਹਾਲ ਦੀ ਘੜੀ ਸੰਕਟ ਟਾਲਣ ਦੀ ਗੱਲ ਹੈ। ਫਿਰ ਸਵਾਲ ਜਿਹੜੇ ਜਥੇਦਾਰਾਂ ਦੇ ਉੱਤੇ ਉੱਠ ਰਹੇ ਨੇ ਕਿ ਜੋ ਕੁਝ ਅੰਦਰ ਹੋਇਆ ਉਹ ਵੀਡੀਓ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ? ਵਲਟੋਆ ਸਾਹਿਬ ਲਗਾਤਾਰ ਇੱਕ ਤਰੀਕੇ ਦਾ ਮਤਲਬ ਕਿ ਚੇਤਾਵਨੀ ਜਾਂ ਧਮਕੀ ਦੇ ਰਹੇ ਨੇ ਕਿ ਮੈਂ ਉਹ ਸਾਰਾ ਕੁਝ ਜਨਤਕ ਕਰਾਂਗਾ ਜੋ ਪੈਨ ਡਰਾਈਵ ਦੇ ਵਿੱਚ ਹੈ, ਜਾਂ ਫਿਰ ਜਥੇਦਾਰ ਸਾਹਿਬਾਨ ਕਰਨ, ਜਾਂ ਉਸ ਤੋਂ ਬਾਅਦ ਵੀ ਉਹ ਮੀਡੀਆ ਵਿੱਚ ਆ ਕੇ ਉਸੇ ਢੰਗ ਦੇ ਨਾਲ ਆਪਣੀ ਗੱਲ ਰੱਖ ਰਹੇ ਨੇ ਕਿ ਠੀਕ ਹੈ, ਮੇਰੇ ਤੋਂ ਗਲਤੀ ਹੋਈ ਹੈ, ਮੇਰੇ ਤੋਂ ਰਿਕਾਰਡਿੰਗ ਹੋਈ ਹੈ। ਸਵਾਲ ਫਿਰ ਵੱਡੇ ਵੱਡੇ ਉੱਭਰਦੇ ਨੇ ਕਿ ਵਿਰਸਾ ਸਿੰਘ ਵਲਟੋਆ ਦੇ ਪਿੱਛੇ ਕੌਣ ਹੈ, ਜਾਂ ਜਥੇਦਾਰਾਂ ਦੇ ਪਿੱਛੇ ਕੌਣ ਹੈ? ਇਹ ਸਾਰਾ ਕੁਝ ਕਾਰਵਾਈ ਨੂੰ ਅੰਜਾਮ ਕਿੰਨਾ ਹਾਲਾਤਾਂ ਦੇ ਵਿੱਚ ਦਿੱਤਾ ਗਿਆ, ਕੀ ਇਹਨੂੰ ਸਿਆਸੀ ਸਮਝੀਏ ਕਿ ਨਿਰੋਲ ਧਾਰਮਿਕ? ਨਹੀਂ, ਇਹ ਜਿਹੜਾ ਡਿਸੀਜਨ ਹੋਇਆ ਨਾ ਵਿਰਸਾ ਵਲਟੋਏ ਵਾਲਾ, ਇਹ ਸਾਰਾ ਪੋਲੀਟੀਕਲ ਡਿਸੀਜਨ ਹੋਇਆ ਹੈਗਾ, ਕਿਉਂਕਿ ਇਹਦੇ ਚ ਸਿਰਫ ਤੇ ਸਿਰਫ ਨਿਰੋਲ ਸਿਆਸਤ ਤੇ ਆਧਾਰਿਤ ਹੋਇਆ ਹੈਗਾ। ਜੋ ਜਥੇਦਾਰ ਸਾਹਿਬਾਨ ਨੇ ਫੈਸਲਾ ਕੀਤਾ ਹੈਗਾ, ਮੈਂ ਤਾਂ ਐਗਰੀ ਕਰਦਾ ਹੈਗਾ ਉਹਨਾਂ ਨਾਲ, ਕਿਉਂਕਿ ਜਿਸ ਤਰ੍ਹਾਂ ਦੇ ਹਾਰਸ਼ ਵਰਡਸ, ਕਿਸੇ ਤੇ ਪਰਸਨਲ ਕਰੈਕਟਰ ਅਸੈਸੀਨੇਸ਼ਨ ਕਰਨੀ ਹੈਗੀ ਜਿਹੜੀ, ਉਹ ਕਿੰਨੀ ਕੁ ਵਾਜਬ ਹੈਗੀ ਆ। ਤੁਸੀਂ ਇਹਨਾਂ ਕੋਲੇ ਜੇ ਕਿਸੇ ਦੇ ਕੋਈ ਸੰਬੰਧ ਵੀ ਹੋਣ, ਮੈਂ ਕਹਿੰਦਾ ਭਾਰਤੀ ਜਨਤਾ ਪਾਰਟੀ ਨਾਲ, ਜਾਂ ਉਹਨਾਂ ਦੇ ਲੀਡਰ ਇਹਨਾਂ ਨੂੰ ਮਿਲੇ ਵੀ ਹੋਣ ਜਥੇਦਾਰ ਹਰਪ੍ਰੀਤ ਸਿੰਘ ਨੂੰ, ਤਾਂ ਇਹਦੇ 'ਚ ਗੁਨਾਹ ਕੀ? ਉਹ ਕਿਹੜਾ ਕੱਢੇ ਹੋਏ ਆ ਪੰਥ 'ਚੋਂ ਬੰਦੇ? ਇਹ ਤਾਂ ਸਵਾਲ ਉਠਾਉਣਾ ਹੀ ਗਲਤ ਹੈਗਾ। ਮੈਂ ਤਾਂ ਨਹੀਂ ਇਸ ਗੱਲ ਨੂੰ ਮੰਨਦਾ ਵੈ, ਕਿਉਂਕਿ ਉਹਨਾਂ ਦੇ ਕੋਈ ਜਾਂ ਤਾਂ ਉਹ ਕੋਈ ਬੀਜੇਪੀ ਦੀ ਪਾਲਿਸੀਜ਼ ਨੂੰ ਲਾਗੂ ਕਰ ਰਹੇ ਹੋਣ ਅਕਾਲ ਤਖਤ ਸਾਹਿਬ ਤੇ, ਜਾਂ ਜਿਹੜੇ ਤਖਤ ਦੇ ਉਹ ਜਥੇਦਾਰ ਹੈਗੇ ਆ, ਉਹ ਚੀਜ਼ਾਂ ਤਾਂ ਉਹ ਚੱਲ ਤਾਂ ਪੰਥਕ ਰਵਾਇਤਾਂ ਨਾਲ ਰਹੇ ਆ ਨਾ। ਨਾਲੇ SGPC ਦੇ ਪ੍ਰੈਜ਼ੀਡੈਂਟ ਕੋਲੇ ਅਪਾਇੰਟਿੰਗ ਅਥਾਰਟੀ ਆ, ਫਿਰ ਉਹਨਾਂ ਨੇ ਲਾਇਆ ਕਿ ਉਹ ਬੰਦਾ ਇਹ ਤਾਂ ਪਹਿਲੇ ਸਵਾਲ ਉੱਠੂਗਾ। ਉਹਨਾਂ ਨੂੰ ਹੁਣੇ ਪਿਛਲੇ ਕੁਝ ਸਮੇਂ ਪਹਿਲੇ ਤੱਕ ਉਹ ਐਕਟਿੰਗ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ, ਤੇ ਉਹ ਨਾਲ ਦਮਦਮਾ ਸਾਹਿਬ ਦੇ ਵੀ ਜਥੇਦਾਰ ਸੀਗੇ। ਹਾਂ, ਜਦੋਂ ਉਹਨਾਂ ਨੂੰ ਬਦਲਿਆ ਗਿਆ ਹੈਗਾ ਜਥੇਦਾਰੀ ਅਕਾਲ ਤਖਤ ਤੋਂ, ਤਾਂ ਫਿਰ ਉਸ ਟਾਈਮ ਤੇ ਸਾਰੇ ਕਾਫੀ ਕੁਝ ਫਾਰ ਕਰ ਸਕਦੇ ਸੀ ਜੇ ਇੰਨੀ ਇਹਨਾਂ ਨੂੰ ਤਕਲੀਫ ਉਹਨਾਂ ਨਾਲ। ਇਹ ਆ ਵੀ ਉਹ ਬੇਵਾਕ ਬੋਲਦੇ ਹੈਗੇ ਆ। ਉਹਨਾਂ ਨੇ ਜਦੋਂ ਵੀ ਕੋਈ ਟਿੱਪਣੀਆਂ ਕੀਤੀਆਂ, ਉਹਨਾਂ ਨੇ ਕੱਲ ਪੁਆਇੰਟ ਬਾਏ ਪੁਆਇੰਟ ਜਵਾਬ ਦਿੱਤਾ ਹੈਗਾ ਵੀ ਕਿਹਨੂੰ ਕਦੋਂ ਮਿਲੇ ਨੇ, ਕਿਸ ਹੈਸੀਅਤ 'ਚ ਮਿਲੇ ਨੇ ਤੇ ਕਿਉਂ ਮਿਲੇ ਨੇ। ਉਹਨਾਂ ਨੇ ਸਾਰੇ ਜਿਹੜੇ ਨੇ ਪੁਆਇੰਟ ਉਠਾਏ ਸੀ ਵਿਰਸੇ ਵਲਟੋਏ ਨੇ, ਉਹਨਾਂ ਨੇ ਉਸ ਤੇ ਸਾਰਾ ਸਹੀ ਆਪਣੇ ਵੱਲੋਂ ਦਿੱਤੇ ਹੈਗੇ ਆ ਆਨਸਰਸ ਜਿਹੜੇ ਦਿੱਤੇ ਹੈ। ਕੱਲ ਆਪਾਂ ਪ੍ਰੈਸ ਕਾਨਫਰੰਸ ਦੇਖਿਆ ਹੀ ਆ ਉਹਨਾਂ ਦੀ, ਜਿਸ ਤਰ੍ਹਾਂ ਜਵਾਬ ਦਿੱਤੇ ਹੈਗੇ ਆ। ਇਹ ਜੋ ਵੀ ਐਕਟੀਵਿਟੀਜ਼ ਕੀਤੀਆਂ ਨੇ ਵਿਰਸਾ ਵਲਟੋਆ ਨੇ, ਮੇਰਾ ਖਿਆਲ ਹੈ ਬਹੁਤ ਨੀਵੇਂ ਪੱਧਰ ਦੀਆਂ ਐਕਟੀਵਿਟੀਜ਼ ਹੈਗੀਆਂ ਨੇ। ਇਹਨਾਂ ਨੇ ਮਤਲਬ ਕਿ ਆਪਣਾ ਜਿੰਨੀ ਮਾਨਤਾ ਦਾ ਕੋਈ ਆਧਾਰ ਰੱਖਣਾ ਚਾਹੀਦਾ ਸੀ, ਉਹਦੇ ਤੋਂ ਥੱਲੇ ਜਾ ਕੇ ਗੱਲਾਂ ਕੀਤੀਆਂ ਨੇ। ਇਹ ਗੱਲ ਹੋਣੀ ਨਹੀਂ ਚਾਹੀਦੀ। ਤੁਸੀਂ ਉਹਨਾਂ ਦੇ ਕਾਰੋਬਾਰਾਂ ਤੱਕ ਦੀ ਗੱਲ ਕਰਦੇ ਹੈਗੇ ਆ ਕਿ ਉਹਨਾਂ ਨੇ ਕੋਈ ਕਰਪਸ਼ਨ ਕੀਤੀ ਹੋਈ ਹੈ ਸਿੰਘ ਸਾਹਿਬਾਨ ਨੇ? ਕਿਸੇ ਕੋਲੇ ਕਿੰਨੀ ਜਾਇਦਾਦ ਹੋ ਸਕਦੀ ਹੈਗੀ ਆ? ਉਹਨੇ ਕਿਹੜਾ ਕੋਈ ਇਲੀਗਲ ਮੀਨਸ, ਜਾਂ ਤਾਂ ਫਿਰ ਦੱਸਣ ਵੀ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈਗੀ ਆ ਜਿਹਦੇ ਕਰਕੇ ਉਹਨਾਂ ਦੇ ਕਾਰੋਬਾਰ 'ਚ ਵਾਧੇ ਹੋਏ ਆ। ਭਾਵੇਂ ਉਹਨਾਂ ਕੋਲ ਬਾਹਰਲੇ ਮੁਲਕਾਂ 'ਚ ਜਾਇਦਾਦਾਂ ਹੋਣ, ਉਹ ਕਿਸ ਹਾਲਾਤ 'ਚ ਹੋਣਗੀਆਂ? ਉਹਨਾਂ ਦੇ ਬੱਚੇ ਬਾਹਰ ਹੋ ਸਕਦੇ, ਬੱਚੇ ਬਾਹਰ ਜਾਂਦੇ, ਅਗਲੇ ਨੇ ਘਰ ਵੀ ਲਿਆ ਹੋ ਸਕਦਾ ਆਪਣਾ। ਮੈਨੂੰ ਤਾਂ ਉਹਨਾਂ ਦੀ ਫੈਮਿਲੀ ਦਾ ਬੈਕਗਰਾਊਂਡ ਦਾ ਪਤਾ ਨਹੀਂ ਗਾ ਵੀ ਉਹਨਾਂ ਦੀ ਕੀ ਬੈਕਗਰਾਊਂਡ ਹੈਗੀ ਆ, ਜਾਂ ਤਾਂ ਸਪੈਸੀਫਾਈ ਕਰਨ ਇਹ। ਬਿਲਕੁਲ ਹਜੇ ਵੀ ਉਸੇ ਤਰ੍ਹਾਂ ਬੋਲ ਰਹੇ ਹੈਗੇ ਨੇ ਉਹ ਵਿਰਸਾ ਵਲਟੋਆ। ਹਜੇ ਵੀ ਮੈਂ ਇਹ ਦੇਖੀ ਤਾਂ ਨਹੀਂ, ਉਹਨਾਂ ਦੀ ਪ੍ਰੋ ਪੰਜਾਬ ਤੇ ਕੋਈ ਇੰਟਰਵਿਊ ਚੱਲ ਰਹੀ ਸੀ, ਮੈਂ ਦੇਖੀ ਨਹੀਂ ਉਹ, ਪਰ ਮੇਰੇ ਖਿਆਲ ਉਸੇ ਤਰ੍ਹਾਂ ਹੀ ਉਹ ਉਸੇ ਸ਼ਬਦਾਵਲੀ 'ਚ ਦੁਆਰਾ ਬੋਲ ਰਹੇ ਹੈਗੇ, ਤੇ ਸਾਰਾ ਜਿਹੜਾ ਹੁਣ ਕੇਂਦਰਿਤ ਕਰ ਰਹੇ ਹੈਗੇ ਉਹ ਜਥੇਦਾਰ ਹਰਪ੍ਰੀਤ ਸਿੰਘ ਤੇ ਕੇਂਦਰਿਤ ਕਰ ਰਹੇ ਹੈਗੇ ਆ। ਤੇ ਹੋ ਸਕਦਾ ਕਿ ਜੇ ਅਕਾਲੀ ਦਲ ਉਹਨਾਂ ਨਾਲ ਅੰਦਰੋਂ ਸਹਿਮਤ ਹੋਵੇ, ਤਾਂ ਹੋ ਸਕਦਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਹ ਫਾਰਗ ਕਰਨ ਦੀ ਕੋਸ਼ਿਸ਼ ਕਰਨ, ਪਰ ਉਹ ਬਹੁਤ ਬੁਰੀ ਤਰ੍ਹਾਂ ਬੈਕਫਾਇਰ ਕਰੂਗਾ ਜੇ ਇਸ ਤਰ੍ਹਾਂ ਦਾ ਕੋਈ ਸਟੈਪ SGPC ਨੇ ਚੱਕਿਆ। ਕਿਉਂਕਿ ਕੱਲ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਹੁਤ ਕੈਟਾਗੋਰੀਕਲੀ ਕਿਹਾ ਸੀਗਾ ਵੀ ਜੇ ਸਾਨੂੰ ਲੋੜ ਪਈ जे साडे ते इस तरह दबाव बनाउणगे ते जे सानू स्टैप डाउन भी करना पिया सी स्टैप डाउन कर जांगे पर असी दबाव अगे झुकांगे नहीं। उन्होंने जो ईवन जो बलविंदर सिंह भुंडर जिहड़े वर्किंग प्रेजिडेंट हैगे आ ते उन्हां नाल जदों गलबात भी कीती है जिस दा जिक्र मैं इत्थे अपने सोशल मीडिया ते सुनिया हैगा उदों भी उन्होंने बहुत अथॉरिटेटिवली गल की हैगी आ ते बड़े स्पैसिफिक क्वेश्चनस दे आंसरस मंगे उन्होंने जिस तो कोई टलना चाहया जिहड़े वर्किंग प्रेजिडेंट हैगे कि मैनूं हुण पूरी तरह वाकिया दा याद नहीं हैगा जो उन्होंने करैबोरेट करनी चाहिए सी जो गल वैसे वह नहीं की हैगी असीं मिलण गए सीगे जिथे हरप्रीत सिंह नूं जां जो भी हैगा मतलब ये चीज़ मतलब कि पहली फॉर द फस्ट इंस्टेंस इदां दी गल होनी नहीं सी चाहिए। ये बखलाट हैगी है इन्हां दी क्योंकि सुखबीर बादल हुण घबराए हुए हैगे आ भी किते साडे खिलाफ भी कोई सख्त फैसला ना आ जे उस लिए ये प्रैशराइज कर रहे हैगे आ कि जिन्नी छेती ते ताइयों वो बार बार इंसिस्ट कर रहे हैगे आ कि उन्होंने सिर्फ धार्मिक सज़ा ही लगाई जा सकती। धार्मिक क्यों लगू कि उन्होंने जिहड़े जिन्ना करके उन्हों की उत्थे पेशी हो रही वो तो सारे पोलिटिकल रीजनस हैगे आ जिस करके वो घेरे च आए हैगे आ क्योंकि जिहड़े सौदा साधना डीलिंग्स ने हुक्मनामे दीआं लंघणा ने वो सारा जिहड़ा अपने पोलिटिकल गेन्स लई उन्होंने वो स्टैप चुके ने सिर्फ तो सिर्फ वोट बैंक पॉलिटिक्स लई इन्होंने डेरे नाल संबंध बनाए ने। ਈਵਨ कि जो हुक्मनामे भी जारी ਸੀਗੇ उस तो बाद जाके भी उन्होंने मुलाकातां ਹੁੰਦੀਆਂ ਰਹੀਆਂ ने वो तो ਹੁਣ आप ही मान रहे हैं कि मैं सारियां गलतियां ਕਬੂਲਦਾ ਹੈਗਾ ਇਹਦਾ मतलब स्वीकार कर रहे हैं कि ਅਸੀਂ ਐ ਮਿਲੇ ਹੈਗੇ ਆ ਜਾਂ जो भी ਸਾਡੀਆਂ ਡੀਲਿੰਗਸ ਰਹੀਆਂ ਨੇ। ਸੋ ਇਹ ਗੱਲਾਂ ਤੇ ਤਾਂ ਹੁਣ ਕੋਈ ਸਵਾਲ ਮੇਰੇ ਖਿਆਲ ਰਹਿ ਹੀ ਨਹੀਂ ਜਾਂਦਾਗਾ। ਇਹ ਬਿਲਕੁਲ ਬੇਲੋੜੀ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਹੈ ਜਿਹਦੀ ਉਹਨੇ ਹੈਵੀ ਪ੍ਰਾਈਸ ਪੇ ਕੀਤੀ ਹੈਗੀ ਆ ਮਤਲਬ ਕਿਸੇ ਨੂੰ ਵੀ ਨਹੀਂ ਚੰਗਾ ਲੱਗੂਗਾ ਕਿ ਉਹ ਪਾਰਟੀ ਚੋਂ ਬੰਦਾ ਅਲੱਗ ਕਰਨਾ ਪਵੇ। ਜਦੋਂ ਗਿੱਲ ਸਾਹਿਬ ਸਵਾਲ ਜਿਵੇਂ ਮੈਂ ਕਿਹਾ ਕਿ 10 ਸਾਲਾਂ ਲਈ ਪਾਰਟੀ ਚੋਂ ਬਾਹਰ ਕੱਢਣ ਦੀ ਗੱਲ ਆ ਉਹਨੂੰ ਹੋਲਡ ਤੇ ਰੱਖਣਾ ਜਾਂ ਉਹਦੇ ਬਾਰੇ ਜਦੋਂ ਤੱਕ ਆਪਾਂ ਚਰਚਾ ਕਰ ਰਹੇ ਹਾਂ ਕੋਈ ਉਹੋ ਜਿਹੀ ਗੱਲ ਸਾਹਮਣੇ ਨਾ ਆਣਾ। ਦਲਜੀਤ ਸਿੰਘ ਚੀਮਾ ਦਾ ਟਵੀਟ ਆਇਆ ਕਿ ਬਿਲਕੁਲ ਵਿਰਸਾ ਸਿੰਘ ਵਲਟੋਆ ਦਾ ਜਿਹੜਾ ਅਸਤੀਫਾ ਉਹ ਅਸੀਂ ਮਨਜ਼ੂਰ ਕਰ ਲਿਆ ਕਿ ਉਹਨਾਂ ਨੇ ਜਿਸ ਢੰਗ ਨਾਲ ਸਾਰੀ ਮੁੱਢਲੀ ਮੈਂਬਰਸ਼ਿਪ ਵਗੈਰਾ ਤੋਂ ਸਭ ਤੋਂ ਅਸਤੀਫਾ ਦਿੱਤਾ। ਉਹਨਾਂ ਨੇ ਕੋਈ ਸਪੈਸੀਫਾਈ ਨਹੀਂ ਕੀਤਾ ਕਿ ਉਹਨੂੰ 10 ਸਾਲ ਲਈ ਪਾਰਟੀ ਚੋਂ ਕੱਢਿਆ ਗਿਆ। ਉਹਨਾਂ ਨੇ ਤਾਂ ਹੁਣ ਇੱਕ ਤਰ੍ਹਾਂ ਦਾ ਸਦਾ ਲਈ ਪਾਰਟੀ ਚੋਂ ਕੱਢਿਆ ਗਿਆ ਪਰ ਮੈਨੂੰ ਪਤਾ ਵੀ ਹੋਰ ਥੋੜੇ ਸਮੇਂ ਜਦੋਂ ਟੈਂਪਰ ਕੂਲ ਡਾਊਨ ਹੋ ਜਾਣਗੇ ਸੁਖਬੀਰ ਬਾਦਲ ਦਾ ਮਸਲਾ ਜਿਹੜਾ ਹੱਲ ਹੋ ਜਾਊਗਾ ਉਸ ਤੋਂ ਬਾਅਦ ਫਿਰ ਇਹਨੂੰ ਅੰਦਰ ਪਾਰਟੀ ਦੇ ਦੁਆਰਾ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋਊਗੀ। ਉਹੀ ਸਵਾਲ ਹੈ ਨਾ ਕਿ ਇਹੀ ਮਨਸ਼ਾ ਤੇ ਸਵਾਲ ਉੱਠਦਾ ਨਾ ਕਿ ਕੌਣ ਪਿੱਛੇ ਕਿਵੇਂ ਕਿਸ ਢੰਗ ਨਾਲ ਕੰਮ ਕਰ ਰਿਹਾ। ਜਿਹੜੀ ਅੰਦਰ ਦੀ ਗੱਲ ਹੋ ਰਹੀ ਹੈ ਕਿ ਮੀਟਿੰਗ ਦੇ ਅੰਦਰ ਕੀ ਹੋਇਆ ਫੋਨ ਤੇ ਵੀ ਗੱਲਾਂ ਬਾਤਾਂ ਹੋਈਆਂ ਸਪੀਕਰ ਛੱਡੇ ਗਏ ਜਾਂ ਫਿਰ ਉੱਥੇ ਵੀਡੀਓ ਦੀ ਰਿਕਾਰਡਿੰਗ ਹੋਈ ਕੀ ਕਦੇ ਉਹ ਜਨਤਕ ਹੋਏਗੀ। ਇਹ ਸਵਾਲ ਬਹੁਤ ਵੱਡੇ ਨੇ ਕਿ ਉਹ ਵੀਡੀਓ ਰਿਕਾਰਡਿੰਗ ਕਿਉਂ ਕੀਤੀ ਗਈ ਕੀ ਕੋਈ ਡਰ ਸੀਗਾ ਵਿਰਸਾ ਸਿੰਘ ਵਲਟੋਆ ਤੋਂ ਕਿ ਕੋਈ ਤਕਰਾਰ ਬਹੁਤ ਵੱਧ ਵੀ ਸਕਦਾ। ਨਹੀਂ ਉਹਨਾਂ ਨੂੰ ਉਹ ਵੀਡੀਓ ਰਿਕਾਰਡਿੰਗ ਪਬਲਿਕ ਕਰ ਦੇਣੀ ਚਾਹੀਦੀ ਸਿੰਘ ਸਾਹਿਬ ਨੂੰ ਜੋ ਮੇਰਾ ਵਿਚਾਰ ਹੈਗਾ ताकि सारी पब्लिक नूं सिख कौम नूं पता लगे भी की विचार चर्चा हुई हैगी है ताकि जिहड़े दो वर्षन सारे वो कुछ होर कह रहे हैं सिंह साहब कुछ होर कह रहे हैगे आ तो क्लीयर कट चीज़ बाहर आनी चाहिए। सारी जो भी सीन उत्थे डिवेलप होया जिस तरह की भी गलबात हुई हैगी है जिस तरह के विहार च गलबात हुई हैगी है वो सारी बाहर आनी चाहिए हैगी उन्हां नूं जनतक करने चाहिए ने। ਜਿਵੇਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਤਿਹਾਸਕ ਗੁਨਾਹ ਹੈ ਭਾਈ ਮਨਜੀਤ ਸਿੰਘ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਥੇਦਾਰ ਦੀ ਜਾਸੂਸੀ ਕਰਨਾ ਉਹਨਾਂ ਦੀ ਰਿਕਾਰਡਿੰਗ ਕਰਨਾ ਬਲਟੋਆ ਸਾਹਿਬ ਕਹਿੰਦੇ ਕਿ ਗਲਤੀ ਨਾਲ ਹੋ ਗਿਆ। ਕੀ ਅਸੀਂ ਇਹਨੂੰ ਗਲਤੀ ਮੰਨ ਸਕਦੇ ਹਾਂ ਕਿ ਇਸ ਢੰਗ ਦੇ ਨਾਲ ਤੁਸੀਂ ਇਸ ਚੀਜ਼ ਵਿੱਚ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਿਰ ਇਸ ਮਾਮਲੇ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ ਕਿ ਜਥੇਦਾਰ ਦੀ ਰਿਕਾਰਡਿੰਗ ਕਿਉਂ ਕੀਤੀ ਗਈ। ਜੇ ਜਥੇਦਾਰ ਸਾਹਿਬ ਨੇ ਉਹਦੇ ਵਿੱਚ ਕੁਝ ਇਹੋ ਜਿਹਾ ਕਿਹਾ ਤਾਂ ਕਿ ਉਹ ਵਾਕਈ ਕਿਸੇ ਦਬਾਅ ਦੇ ਹੇਠ ਨੇ ਜਾਂ ਵਾਕਈ ਕੋਈ ਇਹੋ ਜਿਹੀ ਗੱਲ ਹੈ ਕਿ ਹਾਲੇ ਤੱਕ ਇਸ ਮਾਮਲੇ 'ਚ ਕੋਈ ਫੈਸਲਾ ਨਹੀਂ ਹੋਇਆ। ਹੁਣ ਉਹਨਾਂ ਨੇ ਕਿਹਾ ਕਿ ਅਸੀਂ ਕੱਟ ਸਦਾਂਗੇ। ਉਹਨਾਂ ਨੇ ਮੇਰੇ ਖਿਆਲ ਵੈਸੇ ਵਲਟੋਏ ਨੇ ਟ੍ਰੈਪਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਜਥੇਦਾਰ ਜਿਹੜੇ ਹੈਗੇ ਅਕਾਲ ਤਖਤ ਸਾਹਿਬ ਦੇ ਐ ਉਹ ਸੋਚ ਸਮਝ ਕੇ ਉਹਨਾਂ ਨੇ ਰਿਕਾਰਡਿੰਗ ਲਾ ਕੇ ਗਏ ਹੋਣਗੇ। ਤਾਂ ਹੈ ਨਹੀਂ ਵੀ ਉੱਥੇ ਬੈਠਿਆਂ ਨੇ ਰਿਕਾਰਡਿੰਗ ਲਾਈ ਹੋਵੇ। ਸੋ ਉਹ ਜਿਹੜੀ ਚੀਜ਼ ਹੈਗੀ ਉਹ ਬੜੀ ਸੋਚ ਸਮਝ ਕੇ ਕੀਤੀ ਗਈ ਸੀ। ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਤੋਂ ਕੋਈ ਇਸ ਤਰ੍ਹਾਂ ਦੇ ਲਫ਼ਜ਼ ਘੁਆਵਾਂ ਤੇ ਜਿਹੜੇ ਬਾਅਦ 'ਚ ਅਸੀਂ ਇਹਨਾਂ ਨੂੰ ਬਲੈਕਮੇਲ ਕਰ ਸਕੀਏ। ਉਹ ਬਹੁਤ ਹੀ ਨੀਵੇਂ ਪੱਧਰ ਦੀ ਕਾਰਵਾਈ ਸੀਗੀ ethically, totally, morally भी wrong हैगा। ऐ किसी नूं हुण कोई भी किसी नूं मिलण जांदा कि आपां एक दूजे दी रिकॉर्डिंग्स करदे हैगे आ भी इन्नी बेविश्वासी क्यों हैगी आ। वो भी एडे वड्डे रुतबे ते जिहड़े बैठे ने सुप्रीम पावर ते बैठे ने जथेदार साहब ते उन्हां प्रति इस तरह दा रवैया लैके जाना। तुसीं गए तां उन्हां दी तबीयत दा हाल चाल पुछण हैगे आ, तुसीं गल्लां उत्थे खुंडे खड़काउण दीआं कर रहे हैगे आ। उत्थे तां इशू उठना ही नहीं चाहिदा सीगा। अच्छा की समझिए गिल साहब की मतलब कि हुण जिवें बार-बार ये गल हुंदी सी कि बादलां दा गल होया अकाल तख्त साहब तों ਸ਼੍ਰੋਮਣੀ ਕਮੇਟੀ ਸਾਰੇ ਪਾਸੇ ਪੰਥਕ ਮਸਲਿਆਂ ਦੇ ਵਿੱਚ ਉਹ ਸਾਰਾ ਕੀ ਉਹ ਗਲਬਾ ਖਤਮ ਹੋ ਚੁੱਕਿਆ ਜਾਂ ਫਿਰ ਇਹ ਸਾਰਾ ਕੁਝ ਦਿਖਾਵਾ ਮਾਤਰ ਵੀ ਹੋ ਸਕਦਾ ਕਿਉਂਕਿ ਸਿਆਸਤ ਹੈ ਕਿ ਦਿਖਾਇਆ ਜਾਵੇ ਕਿ ਜੀ ਜਥੇਦਾਰ ਸਾਹਿਬ ਪਾਰਦਰਸ਼ੀ ਨੇ, ਉਹਨਾਂ ਨੇ ਇਹਨੂੰ ਵੀ ਬਖਸ਼ਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਨਹੀਂ ਬਖਸ਼ਣਗੇ ਜਾਂ ਕੀ ਖੇਡ ਸਮਝ ਸਕਦੇ ਹੋ। ਨਹੀਂ ਮੈਸੇਜ ਤਾਂ ਬੜਾ ਸਟਰੋਂਗ ਮੈਸੇਜ ਕਨਵੇ ਕੀਤਾ ਹੈਗਾ ਕੱਲ ਸਿੰਘ ਸਾਹਿਬਾਨ ਨੇ ਕਿ ਅਸੀਂ ਕਿਸੇ ਅੰਡਰ ਪ੍ਰੈਸ਼ਰ ਨਹੀਂ ਹੈਗੇ। जिस तरह उन्होंने कोई अपने रुतबे का डर हो, उन्होंने तो आप ही कहा भी जे तुम चाहणगे तो लाउणा, चाहण तो ला देण सानू, पर असी अपने असूलों तो पिछे नहीं हटांगे। अपने आप च ये बड़ी स्ट्रोंग स्टेटमेंट सी, स्ट्रोंग वर्डेड स्टेटमेंट बोले आ उन्होंने, गिण मिथ के अपने शब्द बोले हैगे अपनी स्टेटमेंट्स दे विच ते बड़े क्लैरिटी नाल चले हैगे। वो इस चीज़ नाल ये जिहड़ा प्रभाव बनिया होया सीगा कि ये शायद SGPC का दबाव मान जाएंगे क्योंकि वह अपॉइंटिंग अथॉरिटी हैगी आ, पर उन्होंने कहा भी सानू अपॉइंट सारिया संप्रदावां ने ते सारे होर जिहड़े हैगे आ संत समाज आ जां किवें आ, सानू हर एक वर्ग तो मिली हैगी मानता, तां ही असीं इस रुतबिਆਂ ते बैठे हैगे आ। ते हुण जदों उन्होंने कहता कि असीं पंथक इकट्ठ सद्दांगे की समझिए कि फैसला इस तो भी मतलब कि सख्त हो सकता है सुखबीर सिंह बादल के मामले में जां जिन्ने सारे जिन्होंने मतलब कि मंत्रियों उस वेले दियां अकाली दल के लीडर जिहड़े सरकार दे विच उस ढंग नाल रहे ने उन्हां सारियां नूं जिवें सद्दिया गया सीगा उन्हां दे स्पष्टीकरण भी आ चुके नहीं। जिहड़ा इन्हां ने आह स्टैप चुक्या हैगा भी असीं ऐ बुद्धिजीवियां दा विद्वानां दा इकट्ठ करांगे ते होर भी जिहड़े वर्ग हैगा सिख कौम विच ਉਹਨਾਂ ਨੂੰ ਅਸੀਂ ਡਿਸੀਜਨ ਮੇਕਿੰਗ ਵਿੱਚ ਇਨਵੋਲਵ ਕਰਾਂਗੇ, ਉਹਨਾਂ ਦੀ ਸਲਾਹ ਲਈ ਜਾਊਗੀ। ਇਹ ਮੇਰਾ ਖਿਆਲ ਬਹੁਤ ਪੋਜ਼ਿਟਿਵ ਸਟੈਪ ਹੈਗਾ। ਇਹ ਚੀਜ਼ ਉਹਨਾਂ ਨੂੰ ਬਹੁਤ ਚਿਰ ਪਹਿਲਾਂ ਕਰਨੀ ਚਾਹੀਦੀ ਸੀਗੀ, ਪਰ ਮੈਂ ਇਹ ਵੀ ਚਾਹਣਾ ਕਿ ਇਹਨਾਂ ਨੂੰ ਮੈਟਰ ਡਿਲੇ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਸ਼ੰਕੇ ਪੈਦਾ ਹੋ ਰਹੇ ਹੈਗੇ ਆ, ਸਗੋਂ ਇਹਨਾਂ ਨੂੰ ਬਹੁਤ ਮਤਲਬ ਕਿ ਚੱਲਣਾ ਚਾਹੀਦਾ ਹੈਗਾ ਕਾਹਲੀ ਨਾਲ ਕਿ ਜਿਹਦੇ ਕਰਕੇ ਮੀਟਿੰਗ ਵੀ ਸੱਦਣ, ਪੰਥਕ ਇਕੱਠ ਸੱਦਣ ਜਾਂ ਜੋ ਵੀ ਇਹ ਠੀਕ ਸਮਝਦੇ ਨੇ ਤੇ ਉੱਥੇ ਇਹ ਸਲਾਹ ਮਸ਼ਵਰਾ ਲੈਣ ਦੂਜਿਆਂ ਦੀ ਵੀ ਸਾਰਿਆਂ ਦੀ। ਬਾਕੀ ਫਿਰ ਫੈਸਲਾ ਤਾਂ ਅੰਤਿਮ ਸਿੰਘ ਸਾਹਿਬ ਨੇ ਕਰਨਾ ਨਾ, ਫਿਰ ਇਹ ਆਪਣੀ ਬੈਠਕ ਕਰਕੇ ਫਿਰ ਕੋਈ ਨਿਰਣਾ ਕਰਨ। ਉਹਦੇ ਨਾਲ ਇਹ ਹੈਗਾ ਕਿ ਸਾਰੀ ਕੌਮ ਦਾ ਇੱਕ ਤਰ੍ਹਾਂ ਨਾਲ ਵਿਚਾਰ ਸਾਂਝਾ ਇਕਤਾ ਹੋਊਗੀ, ਇੱਕ ਸਾਂਝ ਬਣੂਗੀ, ਇੱਕ ਆਪਣੇ ਵੱਲੋਂ ਇਹ ਸਹੀ ਡਿਸੀਜ਼ਨ ਲੈਣ ਵਿੱਚ ਇਹਨਾਂ ਨੂੰ ਮਦਦ ਹੋਊਗੀ ਤਾਂ ਕਿ ਕੱਲ੍ਹ ਨੂੰ ਕੋਈ ਕਿੰਤੂ ਪਰੰਤੂ ਨਾ ਰਹੇ। ਜਿਹੜਾ ਵੀ ਸੁਖਬੀਰ ਬਾਦਲ ਤੇ ਜਾਂ ਹੋਰਾਂ ਤੇ कोई भी उन्होंने फैसला करना हैगा उहदे विच फिर इन्हां नूं कोई हिचकिचाहट ना होवे ते स्पष्टता दे नाल अपना डिसीजन लै सकण। जी की इह वी समझिए कि इहदे विचों इन्हां फैसलियां दे विचों जिहड़ी अकाली दल दी अगवाई दी गल भी उठेगी कि उह अगवाई कौन करे, कि सारे धड़ियां नूं इकट्ठे कीता जाना जां क्योंकि हुण जे सुखबीर सिंह बादल तनखाही करार दित्ते होए ने तां सज़ा दा ऐलान भी हो होएगा ਤੇ ਜੇ ਉਹ ਸਜ਼ਾ ਕਿਸ ਢੰਗ ਦੀ ਹੋਏਗੀ ਉਹਦੇ ਤੋਂ ਬਾਅਦ ਫਿਰ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਸਾਰਿਆਂ ਨੂੰ ਇਕੱਠੇ ਕਰਕੇ ਕੋਈ ਨਵਾਂ ਮੂੰਹ ਮਾਂਦਰਾ ਪੰਥਕ ਸਿਆਸਤ ਦਾ ਤਿਆਰ ਕਰਨਾ, ਇਹਨੂੰ ਸੰਭਵ ਮੰਨ ਸਕਦੇ ਹਾਂ ਕਿ ਇੱਥੇ ਤੱਕ ਮਤਲਬ ਕਿ ਵਧਿਆ ਜਾ ਸਕਦਾ ਜਾਂ ਫਿਰ ਇਹ ਮਤਲਬ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਕੰਮ ਹੋਏਗੀ ਕਿ ਜਿਵੇਂ ਤੁਸੀਂ ਕਿਹਾ ਕਿ ਹਾਰੇ ਹਾਲਾਤ ਜਿਹੜੇ ਨੇ ਉਹਨਾਂ ਦੇ ਪੱਖ ਦੇ ਵਿੱਚ ਨਹੀਂ, ਇਸ ਕਰਕੇ ਇਹਨੂੰ ਟਾਲਿਆ ਵੀ ਜਾ ਸਕਦਾ नहीं। जे वो इस तरह की पंथक यूनिटी कौम नूं सूची कौम नूं इकट्ठा करना चाहते है, कोई समूहिक लीडरशिप उभारना चाहते हैगे आ तां हुण उन्हां कोले मौका हैगा कि वह अपील कर सकदे आ जिन्ने वेरीअस फैक्शनस हैगे अकाली दल दे कि तुसीं एक मतलब कि अपने अकाल तख्त साहब दे रहनुमाई थले दुबारा इकट्ठे होण ते जिस तरह अज तो 100 साल तो पहले ये अकाली दल सिरजिया गया सी उस तरह इसदी हुण दुबारा सिरजना होनी चाहिदी हैगी आ ते इन्हां नूं क्लीयर कट गाइडलाइनस देणियां चाहीदियां भी तुसीं पंथ दी नुमाइंदा जमात हो ਤੇ ਤੁਸੀਂ ਤਰਜਮਾਨੀ ਕਰਨੀ ਆ ਪੰਥ ਦੀ। ਤੁਸੀਂ ਆਪਣੇ ਪੰਜਾਬ ਦੇ ਹਿੱਤਾਂ ਲਈ, ਸਿੱਖ ਕੌਮ ਦੇ ਹਿੱਤਾਂ ਲਈ ਪ੍ਰਭਸੁੱਤਾ ਦੇ ਨਾਲ ਅੱਗੇ ਵਧਣਾ ਹੈਗਾ ਤਾਂ ਕਿ ਆਪਣੀ ਦੁਆਰਾ ਇੱਕ ਸਟਰੋਂਗ ਪੋਜੀਸ਼ਨ ਬਣ ਸਕੇ ਇੰਡੀਅਨ ਪੋਲਿਟਿਕਸ ਦੇ ਵਿੱਚ ਤੇ ਸਿੱਖ ਪੋਲਿਟਿਕਸ ਦੇ ਵਿੱਚ। ਹੁਣ ਜਦੋਂ ਮਸਲੇ ਸਿਆਸਤ ਤੱਕ ਪਹੁੰਚ ਚੁੱਕੇ ਨੇ ਕਿ ਧਾਰਮਿਕ ਸਜ਼ਾ ਤੋਂ ਬਾਅਦ ਹੁਣ ਜੇ ਸਿਆਸੀ ਤੌਰ ਦੇ ਉੱਤੇ ਜਿਵੇਂ ਬਲਟੋਆ ਸਾਹਿਬ ਦੇ ਉੱਤੇ ਐਕਸ਼ਨ ਹੋਇਆ ਤਾਂ ਇਹ ਵੀ ਗੱਲ ਉੱਠਣ ਲੱਗ ਗਈ ਆ ਕਿ ਗਿੱਲ ਸਾਹਿਬ ਕਿ ਜੇ ਹੁਣ ਇਹਦੇ ਉੱਤੇ ਕਾਂਗਰਸ ਵਾਲੇ ਟਿੱਪਣੀਆਂ ਕਰ ਰਹੇ ਨੇ, ਉਹਨਾਂ ਦੇ ਕੋਈ ਵੱਡੇ ਲੀਡਰ ਟਿੱਪਣੀਆਂ ਕਰ ਰਹੇ ਨੇ ਕਿ ਜਥੇਦਾਰ ਨੇ ਚੰਗਾ ਕੀਤਾ, ਉਹ ਵੀ ਚਾਹੁੰਦੇ ਨੇ ਕਿ ਪੰਥਕ ਸਿਆਸਤ ਦੇ ਵਿੱਚ ਕੋਈ ਨਵਾਂ ਮੂੰਹ ਆਂਦਰਾ ਖੜਾ ਹੋਵੇ, ਤਾਂ ਕੀ ਜਥੇਦਾਰ ਸਾਹਿਬਾਨ ਦੇ ਉੱਤੇ ਜਿਸ ਤਰੀਕੇ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਤੁਸੀਂ ਕਾਂਗਰਸੀਆਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਕੋਈ ਸਖਤ ਐਕਸ਼ਨ ਲੈ ਕੇ ਦਿਖਾਓ, ਪਤਾ ਲੱਗੇ ਲੋਕਾਂ ਨੂੰ ਕਿ ਜੀ 84 ਦੇ ਦੌਰਾਨ ਜੋ ਹੋਇਆ ਜਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਸਿੱਖ ਮਸਲਿਆਂ ਤੇ ਗੰਭੀਰਤਾ ਨਾ ਵਿਖਾਉਣਾ, ਕਤਲੇਆਮ ਹੋਣਾ ਜਾਂ ਉਹਨਾਂ ਦਾ ਸਿੱਖ ਚਿਹਰਿਆਂ ਦਾ ਕਾਂਗਰਸ 'ਚ ਜਾ ਕੇ ਬਹਿਣਾ, ਉਹ ਸਾਰਾ ਕੁਝ ਕੀ ਇਹ ਜਾਇਜ਼ ਹੈ? ਇਸ ਮਤਲਬ ਕਿ ਇਸ ਤਰੀਕੇ ਨਾਲ ਜਥੇਦਾਰ ਸਾਹਿਬਾਨ ਤੋਂ ਕਹਿਣਾ ਕਿ ਇਹੋ ਜਿਹੇ ਮਾਮਲਿਆਂ ਤੇ ਵੀ ਤੁਸੀਂ ਆਪਣਾ ਫੈਸਲਾ ਦਿਓ ਕੋਈ ਸਮੁੱਚੇ ਸਿੱਖਾਂ ਨੂੰ, ਸਮੁੱਚੇ ਪੰਜਾਬੀਆਂ ਨੂੰ? ਨਹੀਂ, ਇਹ ਕਿਸ ਤਰ੍ਹਾਂ ਕਹਿ ਸਕਦੇ ਆ ਕਾਂਗਰਸ ਵਾਲਿਆਂ ਨੂੰ? ਕਾਂਗਰਸ ਦੀ ਆਪਣੀ ਆਈਡੀਓਲੋਜੀ ਹੈਗੀ, ਉਹਨਾਂ ਦੇ ਲੀਡਰਸ, ਪਰ ਇਹ ਤਾਂ ਨਹੀਂ ਗਾ ਕਿ ਜੇ ਤੁਸੀਂ ਕਾਂਗਰਸ ਦੇ ਮੈਂਬਰ ਹੈਗੇ ਆ ਜਾਂ ਉਹਨਾਂ ਦੀ ਲੀਡਰਸ਼ਿਪ ਵਿੱਚ ਹੈਗੇ ਆ ਤਾਂ ਤੁਸੀਂ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ। That doesn't mean that you are lesser of a Sikh than the other people who are with the Akali Dal. ਜਿਹੜੇ ਅਕਾਲੀ ਦਲ ਚ ਸਿੱਖ ਹੈਗੇ ਸਿਰਫ ਉਹੀ ਸਿੱਖ ਤਾਂ ਨਹੀਂ ਹੈਗੇ, ਸਿੱਖ ਬਹੁਤ ਹੋਰ ਤਰ੍ਹਾਂ ਹੋਰ ਪਾਸਿਆਂ ਨਾਲ ਵੀ ਜੁੜੇ ਹੋਏ ਹੈਗੇ ਆ। ਉਹਨਾਂ ਨੂੰ ਜਿਹੜਾ ਮੈਟਰ ਹੈਗਾ ਕਾਂਗਰਸ ਦਾ ਜਾਂ ਕਿਵੇਂ ਹੈਗਾ ਐਸ ਸੱਚ ਪਾਰਟੀ ਦਾ, ਉਸ ਬਾਰੇ ਜੇ ਦਰਬਾਰ ਸਾਹਿਬ ਜਦੋਂ ਰਾਹੁਲ ਗਾਂਧੀ ਆਇਆ ਸੀਗਾ ਤੇ ਉਦੋਂ ਸਿੰਘ ਸਾਹਿਬਾਨ ਉਹਨਾਂ ਅੱਗੇ ਪ੍ਰਸ਼ਨ ਚਿੰਨ੍ਹ ਲਾ ਸਕਦੇ ਹੈਗੇ। ਸਗੋਂ ਇਹਨਾਂ ਨੂੰ ਕਿਸੇ ਤਰ੍ਹਾਂ ਕੋਈ ਸਾਲਸ ਪਾ ਕੇ ਗੱਲਬਾਤ ਰੰਭਣੀ ਚਾਹੀਦੀ ਸੀ ਵੀ ਕੀ ਉਹਨਾਂ ਨੂੰ ਅਹਿਸਾਸ ਹੈਗਾ ਵੀ ਜੋ ਉਹਨਾਂ ਨੇ 1984 ਵਿੱਚ ਸਿੱਖ ਕੌਮ ਨਾਲ ਕੀਤਾ, ਕਿ ਉਸ ਦਾ ਰਾਹੁਲ ਗਾਂਧੀ ਉਹਨਾਂ ਨੂੰ ਅਹਿਸਾਸ ਹੈਗਾ ਕਿ ਉਹ ਗਲਤ ਹੋਇਆ ਜੋ ਹੋਇਆ। ਬਿਲਕੁਲ, ਇਹ ਤੁਸੀਂ ਸੁਣਿਆ ਹੋਣਾ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਦਾ ਕੱਲ ਜ਼ਿਕਰ ਕਰ ਰਹੇ ਸੀਗੇ ਕਿ ਜੀ ਅਸੀਂ ਪਤਨ ਸਿੱਖਾਂ ਦੇ ਪ੍ਰਸ਼ਾਦਾ ਵੀ ਛਕਣ ਜਾਂਦੇ ਆ ਜਾਂ ਉਹਨਾਂ ਨਾਲ ਮਿਲਵਰਤਨ, ਜੇ ਉਹਨਾਂ ਦੇ ਕਹਿੰਦੇ ਪ੍ਰੋਗਰਾਮਾਂ 'ਚ ਅਸੀਂ ਸ਼ਾਮਲ ਹੁੰਦੇ ਹਾਂ ਤਾਂ ਇਹ 'ਚ ਕੀ ਗੁਨਾਹ ਹੈ? ਤਾਂ ਫਿਰ ਕੀ ਪਤਿਤ ਸਿੱਖਾਂ ਦੀ ਜਵਾਬਦੇਹੀ ਨਹੀਂ ਬਣਦੀ ਜੇ ਉਹ ਪੰਥਕ ਮਸਲਿਆਂ ਦੇ ਵਿੱਚ ਜਾਂ ਉਹਨਾਂ ਨੂੰ ਉਲਝਾਉਣ ਦੀ ਗੱਲ ਕਰਦੇ ਨੇ? ਖਾਸ ਕਰ ਜੇ ਅਸੀਂ ਪੰਜਾਬ ਦੇ ਮਾਮਲੇ 'ਚ ਬੇਅਦਬੀ ਵਾਲੇ ਮਾਮਲਿਆਂ ਨੂੰ ਦੇਖੀਏ, ਕੈਪਟਨ ਸਾਹਿਬ ਦੇ ਵੇਲੇ ਜੋ ਕੁਝ ਹੋਇਆ ਉਦੋਂ ਸੁਖਵਿੰਦਰ ਸਿੰਘ ਰੰਧਾਵਾ ਨੂੰ ਮੰਡ ਸਾਹਿਬ ਹੋਰਾਂ ਨੇ ਸੱਦਿਆ ਸੀਗਾ, ਉਹ ਸਪਸ਼ਟੀਕਰਨ ਦੇ ਕੇ ਆਏ ਕਿ ਕਿਉਂ ਨਹੀਂ ਕਾਰਵਾਈ ਹੋਈ, ਉਹ ਵੀ ਮਤਲਬ ਕਿ ਖੁਰਦ-ਬੁਰਦ ਸਾਰਾ ਕੁਝ ਹੋਇਆ। ਫਿਰ ਇਹਨਾਂ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣਾਈ, ਇਹਨਾਂ ਦੀ ਕੀ ਜਵਾਬਦੇਹੀ ਨਹੀਂ ਹੋਣੀ ਚਾਹੀਦੀ ਕਿ 2.5-3 ਸਾਲਾਂ 'ਚ ਕੀ ਕੀਤਾ? ਬਰਗਾੜੀ ਬੇਅਦਬੀ ਕਾਂਡ, ਇਹ ਸਾਰਾ ਕੁਝ ਕਿਉਂ ਲਮਕਾਇਆ ਜਾ ਰਿਹਾ ਜਾਂ ਰਾਮ ਰਹੀਮ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ? ਫਿਰ ਕੀ ਉੱਤੇ ਬੀਜੇਪੀ ਦੇ ਵਿੱਚ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਾਂ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕਰੀਏ ਜਾਂ ਮੋਦੀ ਸਾਹਿਬ ਦੀ, ਕਿ ਉਹਨਾਂ ਦੀ ਲੀਡਰਸ਼ਿਪ ਭਾਵੇਂ ਨੇ ਸਿੱਖ ਲੀਡਰਸ਼ਿਪ ਨੂੰ ਪੁੱਛ ਲਿਆ ਜਾਏ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਉਹ ਬੰਦੀ ਸਿੰਘਾਂ ਵਾਲੇ ਮੈਟਰ ਦੇ ਉੱਤੇ ਕੋਈ ਸਮਾਂ ਨਾ ਦੇਣਾ ਜਾਂ ਪੰਥਕ ਮਸਲਿਆਂ ਨੂੰ ਤਵੱਜੋ ਨਾ ਦੇਣਾ, ਇਹ ਸਾਰਾ ਕੁਝ ਕੀ ਇਹਨਾਂ ਦੇ ਉੱਤੇ ਵੀ ਕੋਈ ਮੁੜ ਕੇ ਪੁਨਰ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਆਪਣੇ ਜਿਹੜੇ ਸਿੱਖ ਰਹਿਤ ਮਰਿਆਦਾ ਜਾਂ ਉਹਨਾਂ ਸਿਧਾਂਤਾਂ ਦੇ ਵਿੱਚ ਕੋਈ ਸੁਧਾਰ ਕਰੀਏ ਕਿ ਜਵਾਬਦੇਹੀ ਤੈਅ ਵੀ ਉਹਨਾਂ ਲੋਕਾਂ ਦੀ ਕੀਤੀ ਜਾਵੇ ਜਿਹੜੇ ਪੰਥਕ ਮਸਲਿਆਂ ਤੇ ਸਿਆਸਤ ਕਰਕੇ ਸੱਤਾ ਤੇ ਕਾਬਜ਼ ਹੁੰਦੇ ਨੇ? ਜਿਹੜਾ ਹੈ ਨਾ, ਜਦੋਂ 2015 ਵਾਲੇ ਇੰਸੀਡੈਂਟ ਹੋਏ ਆ ਨਾ, ਉਦੋਂ ਇਹ ਗੱਲ ਆਪਾਂ ਨੂੰ ਮੰਨ ਲੈਣੀ ਚਾਹੀਦੀ ਹੈ ਕਿ ਉਦੋਂ ਸਿੰਘ ਸਾਹਿਬਾਨ ਆਪਣੇ ਕਰਤੱਵ ਦੇ ਵਿੱਚੋਂ ਮਤਲਬ ਕਿ ਫੇਲ ਹੋਏ ਹੈਗੇ ਆ। ਇਹਨਾਂ ਨੂੰ ਜੋ ਅਗਵਾਈ ਉਸ ਟਾਈਮ ਤੇ ਕਰਨੀ ਚਾਹੀਦੀ ਸੀਗੀ ਉਹ ਉਸ ਟਾਈਮ ਤੇ ਜਿਹੜੇ ਸਿੰਘ ਸਾਹਿਬਾਨ ਸੀ ਉਹਨਾਂ ਨੇ ਨਹੀਂ ਕੀਤੀ ਹੈਗੀ। ਜਿਹੜਾ ਹੁਣ ਬੇਅਦਬੀ ਦਾ ਮਾਮਲਾ ਹੈਗਾ ਇਹਦੇ 'ਚ ਜਥੇਦਾਰ ਸਾਹਿਬ ਜਾਂ ਸਾਰੇ ਸਿੰਘ ਸਾਹਿਬਾਨ ਰਲ ਕੇ ਅਪੀਲ ਕਰ ਸਕਦੇ ਆ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਕਿ ਉਹ ਇਸ ਵਿੱਚ ਹੁਣ ਤੱਕ ਇੰਨੀ ਦੇਰੀ ਕਿਉਂ ਹੋ ਰਹੀ ਹੈਗੀ, ਉਹਦਾ ਕਿਉਂ ਨਹੀਂ ਇਨਸਾਫ ਦਾ ਤਰਾਜੂ ਅੱਗੇ ਚੱਲ ਰਿਹਾ, ਕਿਉਂ ਕੇਸ ਕੋਰਟਾਂ ਵਿੱਚ ਖੜੇ ਨੇ, ਕਿਉਂ ਨਹੀਂ ਪਰਸੀਕਿਊਸ਼ਨ ਦੀ ਸੈਂਕਸ਼ਨ ਦਿੱਤੀ ਜਾ ਰਹੀ ਹੈਗੀ ਆ ਬਾਬੇ ਖਿਲਾਫ ਜਿਹੜੇ ਕਿ ਚੀਫ ਮਿਨਿਸਟਰ ਦੀ ਪਾਵਰ ਵਿੱਚ ਹੈਗਾ। ਇਹ ਉਹ ਕਹਿ ਸਕਦੇ, ਜਨਰਲ ਅਪੀਲ ਉਹ ਕਰ ਸਕਦੇ ਹੈਗੇ ਆ। ਉਹਦਾ ਹੁਣ ਅੱਗੇ ਹੁਕਮ ਮੰਨਿਆ ਜਾਣਾ ਜਾਂ ਨਹੀਂ ਮੰਨਿਆ ਜਾਣਾ ਇਹ ਤਾਂ ਹੁਣ ਸੀਐਮ ਭਗਵੰਤ ਮਾਨ ਤੇ ਡਿਪੈਂਡ ਕਰੂਗਾ ਨਾ। ਪਰ ਜਿਹੜੇ ਬਾਬੇ ਨਾਨਕ ਦੀ ਫਿਲਾਸਫੀ ਹੈਗੀ, ਜਿਹੜਾ ਵੀ 10ਵਾਂ ਗੁਰੂਆਂ ਨੂੰ ਮੰਨਦਾ ਹੈਗਾ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈਗਾ ਉਹ ਸਾਰੇ ਸਿੱਖ ਨੇ। ਇਹ ਤਾਂ ਬਾਅਦ ਚ ਡੈਫੀਨੇਸ਼ਨਸ ਹੋਰ ਬਣੀਆਂ ਨੇ, ਜਿਹੜੀ ਡਿਫਾਈਨਡ ਡੈਫੀਨੇਸ਼ਨ ਆ ਉਹ ਤਾਂ ਸਿੱਖ ਦੀ ਇਹ ਡੈਫੀਨੇਸ਼ਨ ਹੈਗੀ ਆ। थोड़ा विश्वास हैगा दसा गुरुआं नूं तुसी अपने गुरु मानते हैं ते तुसी गुरु ग्रंथ साहब नूं समर्पित हैगे आ, उन्हां नूं एज ए सिख तुसी डिफाइन कर सकते हैगे आ। जिहड़ा बाद च यह आया हैगा पतत या ना पतत वाला ये इशू बाद च उठाया गया, इहदे नाल 9 मिलियन सिख जिहड़े हैगे आ मेरे वर्गे वो डिसइनफ्रेंचाइज करते इन्होंने सिर्फ तो सिर्फ अपनी पैटी SGPC की पॉलिटिक्स लिए। ये ठीक है कह सकते हैं भी असी कोई जिहड़ा हैगा भी उस रुतबे ते नहीं जा सकते या असी SGPC के मैंबर नहीं बन सकते या असी किसी मैनेजमेंट रोल में गुरुद्वारे के नहीं आ सकते, वो गल कंडीशनस लग सकदियां ने। पर यह कहना कि तुसी सिख ही है नहीं गे ते दूजे ज्यादा वड्डे सिख ने, ये गलत डेफिनेशन हैगी है, मैं नहीं इहदे नाल एग्री करदा। अच्छा, इन्हां हालातां जदों जिवें तुसीं किहा कि जे कोई BJP RSS नाल मिलदा या उन्हां लोकां नाल मिलदा आगूआं नाल मिलदा तां कोई गुनाह नहीं। जिवें कहंदे विधानती साहब दे समय होया सीगा कि RSS दे विरुद्ध हुक्मनामा जारी होया सी, कि उहनूं अगे नहीं वधाया जा सकदा कि इह जथेदार साहिबान उहदे उत्ते कोई दो टोक गलबात अगे या हुक्मनामा या फरमान जारी नहीं कर सकदे कि मुड़ के तां मतलब कोई कुछ रहेगा ना जावे कि इल्जाम किते लगाउणे या किते नहीं लगाउणे। मेरा ख्याल तो लोगों की परसनल चॉइस से छड्डना चाहिए भी उन्होंने किहदे नाल संबंध रखने आ किहदे नाल नहीं रखने। जे इन्होंने लगता कि सिख कौम नूं वर्जित करना चाहिए है RSS वर्गी जमात तो, फिर हुक्मनामे नूं दुबारा रिवाइव कर देने। पर मैं कहना भी नहीं, हर एक नूं अपनी आपां हुण कोई इत्थे तालिबान सरकार तां बनाउणी नहीं गी। तुसी तालिबानी कल्चर ना चलना चाहोगे लोकी इत्थे, मेरा नहीं ख्याल चलना चाहोगे। ऐसी की करना ते की नहीं करना ठीक आ, ਜਿਹੜੀਆਂ ਰਹਿਤ ਮਰਿਆਦਾ ਹੈਗੀਆਂ ਨੇ ਉਹ ਚੀਜ਼ਾਂ ਤੇ ਠੀਕ ਇਹਨਾਂ ਦੀ ਕਮਾਂਡ ਚਾਹੀਦੀ, ਪਰ ਜੇ ਤੁਸੀਂ ਉਹ ਲੋਕਾਂ ਦੀ ਪਰਸਨਲ ਜ਼ਿੰਦਗੀ ਵਿੱਚ ਇੰਟਰਫੇਅਰ ਕਰੋਗੇ ਤਾਂ ਫਿਰ ਇਸ ਦਾ ਵਿਰੋਧ ਤਾਂ ਹੋਊਗਾ ਹੀ ਹੋਊਗਾ ਕਿ ਤੁਸੀਂ ਕਿਵੇਂ ਰਹਿਣਾ ਕਿਵੇਂ ਵਿਚਰਨਾ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ ਹੈਗਾ ਕਿਹਦੇ ਨਾਲ ਸੰਬੰਧ ਰੱਖਣੇ ਆ ਕਿਹਦੇ ਨਾਲ ਨਹੀਂ ਰੱਖਣੇ। ਇਹ ਹਰ ਇੱਕ ਦੀਆਂ ਆਪਣੀਆਂ ਪਰਸਨਲ ਚੋਇਸਿਸ ਹੈਗੀਆਂ ਨੇ ਤੇ ਇੰਨਾ ਤਾਂ ਫਰੀडम ਹਰ ਇੱਕ ਇਨਸਾਨ ਨੂੰ ਇੰਡੀਵਿਜੂਅਲ ਫਰੀडम ਚਾਹੀਦਾ ਹੈਗਾ। ਆਪਾਂ ਕੋਈ ਇਸ ਤਰ੍ਹਾਂ ਦੇ ਥੋੜਾ ਰਜੀਮ ਥੱਲੇ ਰਹਿ ਰਹੇ ਆ ਕਿ ਜਿਹੜੇ ਆਪਾਂ ਮੁੱਲਿਆਂ ਦੇ ਕਲਚਰ 'ਚ ਜਾਣਾ ਹੈ। ਅੱਛਾ, ਹੁਣ ਇਹ ਅਕਾਲੀ ਦਲ ਇਹਨਾਂ ਹਾਲਾਤਾਂ ਦੇ ਵਿੱਚ ਕੀ ਇਹਨਾਂ ਨੂੰ ਚੋਣਾਂ ਦੇ ਵਿੱਚ ਉਤਰਨਾ ਚਾਹੀਦਾ ਹੈ ਜਾਂ ਫਿਲਹਾਲ ਦੀ ਘੜੀ ਹੋਲਡ ਤੇ ਰੱਖਿਓ ਕਿ ਹੁਣ ਤੱਕ ਜਿੰਨੀਆਂ ਵੀ ਚੋਣਾਂ ਲੜੀਆਂ ਉਹਨਾਂ 'ਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਹੁਣ ਜ਼ਿਮਨੀ ਚੋਣਾਂ ਆ ਗਈਆਂ, ਗਿੱਦੜਬਾਹੇ ਲਈ ਜ਼ੋਰ ਲੱਗ ਰਿਹਾ, ਸੁਖਬੀਰ ਬਾਦਲ ਤਨਖਾਹੀ ਇਕਰਾਰ ਹੋਣ ਦੇ ਬਾਵਜੂਦ ਵੀ ਐਕਟਿਵ ਨੇ ਜ਼ਮੀਨ ਦੇ ਉੱਤੇ। ਉਹ ਵੀ ਵੈਸੇ ਇਹ ਗੱਲਾਂ ਕਹਿੰਦੇ ਨੇ ਕਿ BJP ਤੇ RSS ਜਿਹੜੀ ਹੈ ਖਾਸ ਕਰ RSS ਜਾਂ ਏਜੰਸੀਆਂ ਦੀ ਗੱਲ ਕਰਦੇ ਨੇ ਕਿ ਉਹ ਦਖਲ ਅੰਦਾਜ਼ੀ ਕਰ ਰਹੀ ਹੈ, ਉਹ ਸਿੱਖਾਂ ਦੇ ਮਸਲਿਆਂ ਨੂੰ ਉਲਝਾ ਰਹੇ ਨੇ ਜਾਂ ਉਹ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਲੈਣਗੇ ਜਾਂ ਉਹ ਪੰਥਕ ਸਿਆਸਤ 'ਚ ਖਲਾਰਾ ਜਿਹੜਾ ਪਿਆ ਉਹਨਾਂ ਦੇ ਪੈਰੋਂ ਹੈ। ਕੀ ਇਹਨਾਂ ਨੂੰ ਮਤਲਬ ਕਿ ਐਕਟਿਵ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਹੁਣ ਲਗਾਤਾਰ ਵਿਚਰਨਾ ਚਾਹੀਦਾ ਜਾਂ ਫਿਰ ਉਹਨੂੰ ਹੋਲਡ ਤੇ ਰੱਖ ਦੇਣਾ ਚਾਹੀਦਾ, ਖਾਸ ਕਰ ਜਿਹੜੀ ਗਿੱਦੜਬਾਹੇ ਵਾਲੀ ਇਲੈਕਸ਼ਨ ਆ ਰਹੀ ਹੈ। ਜੇ ਤਾਂ ਇਹਨਾਂ ਨੇ ਲੰਮੀ ਸੋਚ ਲੈ ਕੇ ਚੱਲਣੀ ਹੈਗੀ ਆ, ਫਿਊਚਰ ਦੀ ਵਿਜ਼ਨ ਲੈ ਕੇ ਜਾਣਾ ਹੈਗਾ, ਜੇ ਵਿਜ਼ਨਰੀ ਲੀਡਰਸ਼ਿਪ ਇਹਨਾਂ 'ਚ ਹੈਗੀ ਆ ਤਾਂ ਇਹਨਾਂ ਨੂੰ ਆਹ ਬਾਈ ਇਲੈਕਸ਼ਨ ਸਕਿਪ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਆਪਣੇ ਆਪ ਨੂੰ ਹਾਰਨ ਨਾਲੋਂ ਨਾ ਲੜਨਾ ਚੰਗਾ। ਜੇ ਹਾਰਨਗੇ ਉਹਦੇ ਨਾਲ ਮੋਰੈਲ ਜਿਹੜਾ ਇਹਨਾਂ ਦੇ ਕੈਡਰ ਦਾ ਹੋਰ ਡਿੱਗੂਗਾ, ਤੁਹਾਡੇ ਗ੍ਰਾਫ ਦੀ ਪਰਸੈਂਟੇਜ ਤੇ ਤੁਹਾਡੇ ਆਪ ਦੇ ਸੈਲਫ ਜਿਹੜਾ ਤੁਹਾਡਾ ਹੈਗਾ ਆਪ ਦਾ ਮੋਰੈਲ ਉਹਦੇ ਵਿੱਚ ਕਮੀ ਆਊਗੀ। ਜੇ ਤਾਂ ਤੁਸੀਂ ਆਪਣੇ ਆਪ ਨੂੰ ਇੰਟੈਕਟ ਰੱਖਣਾ ਤੇ ਲੰਮੀ ਦੌੜ ਦੀ ਖੇਡ ਖੇਡਣੀ ਹੈਗੀ ਆ ਤਾਂ ਮੈਂ ਤਾਂ ਮੇਰਾ ਓਪੀਨੀਅਨ ਇਹ ਆ ਕਿ ਇਹਨਾਂ ਨੂੰ ਇਹ ਸਕਿਪ ਕਰ ਦੇਣੇ ਚਾਹੀਦੇ ਨੇ ਇਲੈਕਸ਼ਨ ਜਦ ਤੱਕ ਸੁਖਬੀਰ ਬਾਦਲ ਦਾ ਫੈਸਲਾ ਨਹੀਂ ਹੁੰਦਾ ਤੇ ਅਕਾਲੀ ਦਲ ਦੁਆਰਾ ਇਕੱਤਰ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਨੂੰ ਕਿਸੇ ਵੀ ਪੋਲ ਪ੍ਰੋਸੈਸ ਵਿੱਚ ਨਹੀਂ ਆਉਣਾ ਚਾਹੀਦਾ। ਇਹਦੇ ਨਾਲ ਸਗੋਂ ਇਹਨਾਂ ਨੂੰ ਹੋਰ ਨਮੋਸ਼ੀ ਹੋਊਗੀ। ਪੂਰੀ ਤਰ੍ਹਾਂ ਆਪਣੇ ਆਪ ਨੂੰ बैटल रेडी करके इन्हां नूं 2027 का गोल रख के चलना चाहिए है, तो उस चीज़ ली ही अपने आप को प्रिपेयर करना चाहिए है। बिल्कुल, जिवें सुखबीर बादल ने लोक सभा दी इलैक्शन नहीं लड़ी तो घट्टो घट यह तो चर्चा नहीं ना चलती कि वह प्रधान जिहड़े ने उही हार गए, पार्टी प्रधान पिछे होया उदों सवाल उठे, पर इदां दा नहीं जे हुण इह इलैक्शन छड्ड भी देणगे तां ਉਹਦੇ ਵਿੱਚ ਕੋਈ ਉਹ ਨਹੀਂ ਹੋਏਗਾ। ਅੱਗੇ ਜਾ ਕੇ ਬਹੁਤ ਸਾਰੀਆਂ ਇਲੈਕਸ਼ਨਸ ਦੀਆਂ ਸਿਆਸੀ ਤੌਰ ਦੇ ਉੱਤੇ ਪ੍ਰਧਾਨ ਜੇ ਉਸ ਢੰਗ ਨਾਲ ਵਿਚਰਦਾ ਤਾਂ ਉਹਦੇ ਹੋਰ ਤਰ੍ਹਾਂ ਦੇ ਪ੍ਰਭਾਵ ਕੈਡਰ ਦੇ ਉੱਤੇ ਵੀ ਪੈਂਦੇ ਨੇ। कि हुण जिहड़ी गल आरएसएस जां बीजेपी दी हुंदी है इह कल्ली इत्थे तक सीमित नहीं कि इत्थे साडीआं पंथक संस्थावां दे उत्ते हमले जां सारा कुछ है, इह उपर भी उठ रही है। कैनेडा ते भारत दे रिश्तिआं नूं लैके तुसीं सुणिआ होणा, उत्थे भी इह गल्लां जगमीत सिंह जिहड़े एनडीपी दे आगू ने ओह भी कह रहे ने कि जी आरएसएस ते उहनां दे जिहड़े हमख्याली जां जथेबंदी आ उहनां नूं इत्थे बैन ला देना चाहीदा। ट्रूडो साहब तो बहुत ज्यादा गुस्से विच ने, प्रधानमंत्री मोदी साहब जां इहनां दी सरकार ते जिद्दां दे सवाल चुक रहे ने कि एजेंसियां किवें काम कर रहीआं। इस घटनाक्रम नूं असीं सिख सियासत दे संदर्भ च किवें देखीए कि की इहदा कोई हल निकलदा नेड़ भविख विच नज़र आएगा जां इह मसले होर उलझणगे? हजे तक कोई नेड़े भविख विच लगदा नहीं है कि जिहड़े रिलेशनशिप विच गिरावट आई हैगी है। जिवें सर जगमीत सिंह ने अपने वालों एक पॉलिसी स्टेटमेंट दी हैगी, उन्होंने तो मांग की हैगी आ कि ਜਿਹੜੀਆਂ आरएसएस ਤੇ ਇਹਨਾਂ ਦੀ सहयोगी ਜਥੇਬੰਦੀਆਂ ਇਹਨਾਂ ਦੇ ਕੈਨੇਡਾ ਦੇ ਮੁਲਕ ਦੇ ਵਿੱਚ ਰਹੀਆਂ ਨੇ ਉਹਨਾਂ ਤੇ ਸਰਕਾਰ ਨੂੰ ਨਿਗਾਹ ਰੱਖਣੀ ਚਾਹੀਦੀ ਹੈ, ਕਿਉਂਕਿ ਉਹ ਉਹਨਾਂ ਦੇ ਕਹਿਣ ਮੁਤਾਬਕ ਉਹ ਉਹਨਾਂ ਦੇ ਪੋਲ ਪ੍ਰੋਸੈਸ ਵਿੱਚ ਇੰਟਰਫੇਅਰ ਕਰ ਰਹੇ ਹੈਗੇ ਆ ਤੇ ਅਨਡਿਊਲੀ ਜਿਹੜਾ ਹੈਗਾ ਸਮਾਜ ਵਿੱਚ ਪਾੜਾ ਪਾ ਰਹੇ ਹੈਗੇ ਆ। जिस तरह की इन्हों की इतने नीति हैगी वो इस चीज़ को उन्होंने इंडीकेट किया। उन्होंने तो इतों तक भी कहा है कि इंडिया ते कैनेडियन गवर्नमेंट नूं सैंक्शनस लाउणियां चाहिदियां ने, क्योंकि इंडिया ते कैनेडा दे विच जिहड़ा ट्रेड हैगा 8.4 बिलियन डॉलर का ट्रेड आ, वो ट्रेड अज भी चल रहा हैगा, उहदे ते कोई इफैक्ट नहीं पियागा। ਈਵਨ कि इंडिया की ਜਿਹੜੇ ਬਾਈਲੈਟਰਲ ਇਹਨਾਂ ਨਾਲ ਐਗਰੀਮੈਂਟਸ ਹੋਏ ਹੋਏ ਆ, ਜਿਵੇਂ ਕਿ ਯੂਰੇਨੀਅਮ ਜਿਹੜਾ ਹੈਗਾ ਉਹ ਬਹੁਤ ਵੱਡਾ ਹਿੱਸਾ ਇਹਨਾਂ ਨੂੰ ਕੈਨੇਡਾ ਤੋਂ ਆਉਂਦਾ ਹੈਗਾ। ਜਦੋਂ ਇਹਨਾਂ ਨੇ ਨਿਊਕਲੀਅਰ ਬਲਾਸਟ ਕੀਤੇ ਸੀ 74 ਵਿੱਚ, ਉਸ ਵੇਲੇ ਉਹਨਾਂ ਨੇ ਰੋਕਤਾ ਸੀਗਾ ਯੂਰੇਨੀਅਮ ਦੀ ਸਪਲਾਈ ਇੰਡੀਆ ਨੂੰ। ਹੁਣ ਜਿਹੜੇ ਇਹਨਾਂ ਦੇ ਆਪਸ ਤੱਕ ਜਿਹੜੀ ਈਵਨ ਕੈਨੇਡਾ ਇੰਡੀਆ ਨੂੰ ਏਡ ਦਿੰਦਾ ਰਿਹਾ ਹੈਗਾ, वो एड जाके खत्म हुई है डॉक्टर मनमोहन सिंह के एरा विच 2006 दे विच। सो इंडिया दे इन्हां नाल बहुत डूंघे रिलेशनशिप रहे आ, पर हुण पिछले साल तो इन्हां दे जादा हरदीप सिंह निज्जर दा कतल होया हैगा ते जस्टिन ट्रूडो जिहड़े प्राइम मिनिस्टर उन्होंने पार्लीमेंट विच स्टेटमेंट दित्ती हैगी आ ते उन्होंने क्रैडिबल एविडेंस भी हुण अगे रखिया हैगा, तां ही ओह इंडियन डिप्लोमैट्स नूं उन्हां दियां सिक्योरिटी फोर्सिस क्वेश्चन करना चाहुंदियां सी बिकॉज ऑफ देयर रोल्स। ते हुण जिहड़ी उन्हां ने स्टेटमेंट दित्ती हैगी पब्लिक दे विच आरसीएमपी ने, उन्हां ने ऑर्गेनाइज्ड क्राइम दा भी कहा कि ऑर्गेनाइज्ड क्राइम जिहड़ा हैगा ईवन सीधे तौर ते उन्हां लॉरेंस बिश्नोई दा कहा हैगा कि ओहदा जिहड़ा हैगा हरदीप सिंह निज्जर दे कतल विच हत्थ हो सकदा हैगा। मेरा ख्याल जी इन्हों इन्ना अगे वधे ने ये तो इन्हों क्रैडिबल एविडेंस अगे रखना चाहिए हैगा। जो भी हुण तक दी उन्होंने जिहड़े 4 बंदे इन्होंने फड़े हैगे आ उन्हां दी जो इन्वेस्टिगेशन होई हैगी वो पब्लिक कर देनी चाहिए हैगी। ते जिवें मतलब मनीष तिवाड़ी तुसीं देखना लोक सभा मैंबर ने इत्थे कांग्रेस दे चंडीगढ़ उस गल का जिक्र कर रहे हैं कि अतवाद मतलब कि सारे मुल्कों के लिए खतरा ही है, वो कहते इनू उस ढंग नाल नजिठना चाहिए। कनिष्क कांड का जिक्र कर रहे हैं, जे कहते उन्होंने हालातों को समझा होंदा जां उहदा मिल बैठ के उहदे हल कड्ढे होंदे तां अज ये हालात ना वेखने पैंदे। कि कैनेडा मतलब कि भारत के खिलाफ कोई वखवादी आवाज़ां जां उत्थे तां चलो कहते हैं कि वो अपने बोलण के अधिकार की गल करते हैं कि वह वाकई उन्होंने शह दे रहे, उन्होंने धरती परोस रहा है कि तुसीं इत्थों बह के भारत के खिलाफ कोई हो जे छड़यंत्र रचो, जां फिर ये कोई सियासत का ही हिस्सा जिवें अमेरिका दे विच गुरपतवंत पन्नू वाला उधर भी भारतीय अधिकारी गए हुए ने, कहते वह पता करन के जांच कमेटी भारतीय अधिकारियों की गई है कि जो निखिल गुप्ता नूं लैके जां गुरपतवंत पन्नू के कतल की साजिश जिहड़ी कहते रची जा रही सी उहनूं लैके जो कुछ चल रहा नहीं अमेरिका विच तां उन्हां दी फैडरल कोर्ट ने इंडिया का नैशनल सिक्योरिटी एडवाइजर जिहड़े अजीत डवाल ने ते इन्हां दे रह चुके रॉ दे चीफ जिहड़े हैगे आ उन्हां खिलाफ समन्स जारी कीते होए ने। उत्थे तां इंडिया ने अपने डिप्लोमैट्स हलाए नहीं हैगे, ना अमेरिका नूं कहा भी तुसीं अपने डिप्लोमैट इत्थों शिफ्ट करो, क्योंकि सिर्फ इन्हां ने सोचा भी कैनेडा एक सॉफ्ट पावर हैगी। ईवन अमेरिकन ਜਿਹੜਾ ਉਹਨਾਂ ਦਾ ਸਟੇਟਮੈਂਟ आई ਹੈਗੀ ਗਵਰਨਮੈਂਟ ਵੱਲੋਂ, ਉਹਨਾਂ ਨੇ ਇੰਡੀਆ ਨੂੰ ਕਿਹਾ ਹੈਗਾ ਕਿ ਤੁਸੀਂ ਫੁਲੀ ਕੋਆਪਰੇਟ ਕਰੋ ਕੈਨੇਡੀਅਨ ਇਨਵੈਸਟੀਗੇਸ਼ਨ ਦੇ ਵਿੱਚ। ਇਹਨਾਂ ਨੇ ਆਹ ਕੋਆਪਰੇਟ ਕੀਤਾ ਕਿ ਇਹਨਾਂ ਨੇ ਵਾਪਸ ਬੁਲਾ ਰਹੇ ਹੈ ਆਪਣੇ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਸੀਗਾ। उन्होंने पहले उन्होंने तो सिर्फ कैनेडा ने यह कहा सीगा कि असी इन्हां दी इम्यूनिटी चक्को, ये साडे लई पीपल ऑफ इंटरस्ट हैगे आ ते असी इन्हां नूं इन्वेस्टिगेट करना चाहुंदे हैगे आ कि जिहड़ा कौन बंदे हैगे ते कौन इंडियन एजेंसीज हैगियां ने जिहड़ियां लॉरेंस बिश्नोई नूं सपोर्ट कर रहियां हैगियां ने, तां कि कैनेडा विच जिहड़ियां एक्सटॉर्शनस हो रहियां ने, किडनैपिंग्स हो रहियां ने जां होर शूटिंग्स हो रहियां ने, उन्हां पिछे कौन हैगा, किहड़ियां ताकतां ने, ये उन्हां दी इन्वेस्टिगेशन विच आया हैगा। सो उन्होंने उस चीज़ की मांग की हैगी है जी। ते जिहड़ा मनीष तिवारी होरी गल कर रहे हैं, जिहड़ा कनेक्शन वाला ना, जिहड़ी एयर ट्रैजेडी होई सीगी, एयरपोर्ट के बॉम्बिंग होई सीगी, ਉਹਦੇ ਤੇ ਅੱਜ ਤੱਕ ਕੈਨੇਡਾ ਨੇ ਆਪਣੀਆਂ ਕਮਿਸ਼ਨਸ ਵੀ ਬਿਠਾਈਆਂ ਸੀਗੀਆਂ, ਇਹ ਅੱਜ ਤੱਕ ਉਹਦੀ ਤਹਿ ਤੱਕ ਨਹੀਂ ਪਹੁੰਚ ਸਕੇ ਹੈਗੇ ਆ, ਨਾ ਕਿਸੇ ਬੰਦੇ ਨੂੰ ਇਹ ਸਿੱਧਾ ਡਾਇਰੈਕਟਲੀ ਕਨਵੈਕਟ ਕਰ ਸਕੇ ਹੈਗੇ ਆ। ਟ੍ਰਾਇਲ ਜ਼ਰੂਰ ਚੱਲੇ ਹੈਗੇ ਆ, 2 ਕਿ 3 ਵਾਰ ਟ੍ਰਾਇਲ ਚੱਲਿਆ ਹੈਗਾ। ਸਿਰਫ ਤੇ ਸਿਰਫ ਇੱਕ ਇੰਦਰਜੀਤ ਸਿੰਘ ਰਿਆਤ ਆ ਜਿਹੜਾ ਸੀਗਾ UK ਦੇ ਰੈਜ਼ੀਡੈਂਟ ਸੀਗੇ, ਉਹਨਾਂ ਨੂੰ ਮਤਲਬ ਕਿ ਸਿਰਫ ਸਜ਼ਾ ਝੱਲਣੀ ਪਈ ਹੈਗੀ ਇਸ ਕੇਸ ਦੇ ਵਿੱਚ। पर इस बारे जिहड़े इन्हां दे सीनियर पत्रकार हैगे आ, उन्हां ने किताब लिखी सी दा सॉफ्ट टारगेट, उहदे विच उन्हां ने सारा ये जिहड़ा बलेम हैगा ये इंडियन एजेंसीज ते लाया सीगा कि ये सारी जिहड़ी होई सीगी एयर ट्रैजेडी इहदे पिछे इंडियन एजेंसीज दा हत्थ हैगा। उन्हां ने विद प्रूफ जिहड़ी ओह बुक छापी सी, अज भी बुक ओह अंडर पब्लिकेशन हैगी आ, मतलब ईजली अवेलेबल हैगी द सॉफ्ट टारगेट। वैसे भारतीय एजेंसियां तो लगातार इहो जे इल्जामां तो सवाल जिहड़े उन्हां ते उठदे ने उन्हां तो पल्ला झाड़दी आई है, पर जदों असी सिखां नूं वेने आ जियोपॉलिटिक्स दे नूं समझदे आ नाल नाल कि ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਧੱਕਿਆ ਜਾ ਰਿਹਾ, ਕਿ ਇਹਨਾਂ ਦੇ ਮੋਢੇ ਤੇ ਰੱਖ ਕੇ ਚਲਾਈ ਜਾ ਰਹੀ ਹੈ ਕਿ ਜਦੋਂ ਦੋ ਮੁਲਕ ਆਪਸ ਵਿੱਚ ਭਿੜਨ ਤਾਂ ਉਹਦੇ ਵਿੱਚ ਗੱਲ ਆਵੇ ਕਿ ਜੀ ਸਿੱਖਾਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ, ਜਾਂ ਭਾਰਤ ਕਹਿੰਦਾ ਕਿ ਨਹੀਂ ਇੱਥੇ, ਜਦੋਂ ਰਾਹੁਲ ਗਾਂਧੀ ਅਮਰੀਕਾ ਜਾ ਕੇ ਘੱਟ ਗਿਣਤੀਆਂ ਦੀ ਗੱਲ ਕਰਦੇ ਨੇ ਭਾਰਤ ਉੱਥੇ ਵੀ ਸਵਾਲ ਚੁੱਕਦਾ, ਅਮਰੀਕਾ ਤੋਂ ਰਿਪੋਰਟਾਂ ਘੱਟ ਗਿਣਤੀਆਂ ਦੀਆਂ ਆਉਂਦੀਆਂ ਕਿ ਭਾਰਤ 'ਚ ਹਾਲਾਤ ਉਹੋ ਜਿਹੇ ਨਹੀਂ, ਤਾਂ ਵੀ ਇਹ ਲਗਾਤਾਰ ਕਹਿੰਦੇ ਨੇ ਕਿ ਸਾਡੇ ਅੰਦਰੂਨੀ ਮਾਮਲੇ ਨੇ ਜਿਹੜੇ ਖਾਲਿਸਤਾਨ ਮੰਗਦੇ ਨੇ, ਜਾਂ ਜਿਹੜੇ ਉੱਥੇ ਬਹਿ ਕੇ ਆਪਣੇ ਹੱਕਾਂ ਦੀ ਗੱਲ ਦੇ ਨਾਂ ਦੇ ਉੱਤੇ ਖਾਲਿਸਤਾਨ ਦਾ ਪ੍ਰੋਪੇਗੈਂਡਾ ਕਹਿ ਲਓ ਜਾਂ ਜੋ ਵੀ ਰੈਫਰੈਂਡਮ ਵਗੈਰਾ ਅੱਗੇ ਵਧਾਉਂਦੇ ਨੇ, ਕਿ ਉਹਨਾਂ ਲਈ ਹੁਣੇ ਸੋਚਣ ਦਾ ਵੇਲਾ ਨਹੀਂ ਕਿ ਜਿਹੋ ਜਿਹੇ ਹਾਲਾਤਾਂ 'ਚ ਮੁਲਕਾਂ ਦੇ ਮਤਲਬ ਕਿ ਆਪਸ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਜਾਂ ਜਿਹੋ ਜਿਹੀ ਡਿਪਲੋਮੈਸੀ ਚੱਲ ਰਹੀ ਹੈ ਕਿ ਉਹਦੇ ਵਿੱਚ ਸਿੱਖ ਜਿਹੜੇ ਆਗੂ ਨੇ ਵਿਦੇਸ਼ਾਂ ਦੇ ਜਾਂ ਉੱਥੇ ਅਗਵਾਈ ਕਰ ਰਹੇ ਨੇ ਸਿੱਖ ਮਸਲਿਆਂ ਦੇ ਉੱਤੇ, ਕਿ ਉਹਨਾਂ ਨੂੰ ਮਿਲ ਬੈਠ ਕੇ ਸੋਚਣਾ ਨਹੀਂ ਚਾਹੀਦਾ ਕਿ ਹੁਣ ਸਾਡੇ ਕੋਲ ਕਿਹੜਾ ਰਾਹ ਬਚਿਆ ਜਾਂ ਅਸੀਂ ਕਿਸ ਪਾਸੇ ਵੱਲ ਅੱਗੇ ਵੱਧ ਸਕਦੇ ਹਾਂ। ਮਤਲਬ ਕਿ ਇਸ ਟਾਈਮ ਤੇ ਜਿਹੜਾ ਹੈਗਾ ਨਾ ਫੈਸਲਾ ਆਪਾਂ ਦੇਖਿਆ ਹੈਗਾ ਕਿ ਜਿੰਨੀਆਂ ਆਹ ਈਵੈਂਟਸ ਹੋ ਰਹੀਆਂ ਹੈਗੀਆਂ ਇਹਦੇ ਵਿੱਚ ਆਪਾਂ ਦੇਖਿਆ ਪੰਜਾਬ ਦੀ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਆ ਉਹ ਕਿਸੇ ਤੋਂ ਵੀ ਕੋਈ ਬਿਆਨ ਨਹੀਂ ਆਇਆ ਹੈਗਾ ਵੀ ਇਹ ਕੀ ਭਾਣਾ ਵਾਪਰ ਰਿਹਾ ਹੈਗਾ। ਕਿਸੇ ਮਤਲਬ ਕਿ ਡਿਵੈਲਪਮੈਂਟ 'ਤੇ ਕੋਈ ਅਕਾਲੀ ਦਲ ਵੱਲੋਂ ਸਟੇਟਮੈਂਟ ਨਹੀਂ ਆਈ ਜਾਂ ਹੋਰ ਕਿਸੇ ਸਿੱਖ ਲੀਡਰ ਵੱਲੋਂ ਕੋਈ ਸਟੇਟਮੈਂਟ ਨਹੀਂ ਆਏਗੀ ਕਿ ਉਹਨਾਂ ਦਾ ਕੀ ਪ੍ਰਤੀਕਰਮ ਹੈਗਾ ਜੋ ਇਹ ਕੁਛ ਹੋ ਰਿਹਾ ਹੈਗਾ। ਸੋ ਇਹ ਇੱਕ ਚਿੰਤਾ ਦਾ ਵਿਸ਼ਾ। ਇਸੇ ਤਰ੍ਹਾਂ ਨਾ ਕੈਨੇਡਾ 'ਚੋਂ ਕੋਈ ਸਮੁੱਚੇ ਕੋਈ ਸਮੂਹਿਕ ਜਿਹੜਾ ਲੀਡਰ ਪ੍ਰਵਾਨਿਤ ਹੋਵੇ ਜਿਹੜਾ ਸਾਰਾ ਕੈਨੇਡਾ ਦੇ ਵਿੱਚ, ਨਾ ਉਹਨਾਂ ਵੱਲੋਂ ਕੋਈ ਸਟੇਟਮੈਂਟ ਆਈ ਹੈ ਵੀ ਉਹਨਾਂ ਦਾ ਕੀ ਰਿਐਕਸ਼ਨ ਹੈਗਾ ਅਦਰ ਦੈਨ ਸਰਦਾਰ ਜਗਮੀਤ ਸਿੰਘ ਜਿਨ੍ਹਾਂ ਨੇ ਸੈਂਕਸ਼ਨਸ ਦੀ ਮੰਗ ਕੀਤੀ ਹੈਗੀ ਆ। ਪਰ ਜਿਹੜੀ ਆਪਣੇ ਸਿੱਖ ਲੀਡਰਸ਼ਿਪ ਹੈਗੀ ਆ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਕੋਈ ਸਟੇਟਮੈਂਟ ਨਹੀਂ ਆਈ, ਤਾਂ ਆਪਾਂ ਨੂੰ ਪਤਾ ਲੱਗੂ ਨਾ ਵੀ ਕੀ ਆਪਾਂ ਠੀਕ ਆ ਅੰਡਰ ਅਟੈਕ ਹੈਗੇ ਆ। ਜਿਵੇਂ ਪਾਕਿਸਤਾਨ ਦੇ ਵਿੱਚ ਕਿੰਨੇ ਲੋਕ ਆਪਣੇ ਮਾਰੇ ਗਏ ਹੈਗੇ ਆ, ਇਸੇ ਤਰ੍ਹਾਂ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੀ ਐਗਜ਼ਾਮਪਲ ਹੈਗੀ ਆ ਤੇ ਹੋਰ ਵੀ ਮੇਰਾ ਖਿਆਲ 15 ਅਦਰ ਪੀਪਲ ਹੈਗੇ ਜਿਨ੍ਹਾਂ ਨੂੰ ਉੱਥੋਂ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਵਾਰਨ ਕੀਤਾ ਹੈਗਾ ਕਿ ਤੁਹਾਡੀ ਲਾਈਫ ਨੂੰ ਥ੍ਰੈਟ ਹੈਗੀ ਆ। ਸੋ ਹੁਣ ਉਹ ਜਿਹੜੀ ਹੈਗੀ ਉਹਨਾਂ ਕੋਲ ਕ੍ਰੈਡੀਬਲ ਐਵੀਡੈਂਸ ਦੇ ਬੇਸ ਤੇ ਹੀ ਕੈਨੇਡਾ ਬੋਲ ਰਿਹਾ ਹੈਗਾ ਤੇ ਇਹ ਹੁਣ ਇੰਡੀਅਨ ਏਜੰਸੀਜ਼ ਨੂੰ ਉਹਨਾਂ ਨਾਲ ਕੋਆਪਰੇਟ ਕਰਕੇ ਇਹਦੇ ਤਹਿ ਤੱਕ ਜਾਣਾ ਚਾਹੀਦਾ ਹੈਗਾ ਤਾਂ ਕਿ ਜਿਹੜੇ ਆਰਡੀਨਰੀ ਲੋਕੀ ਹੈਗੇ ਆ ਉਹਨਾਂ ਨੂੰ ਵੀਜ਼ੇ ਮਿਲਣ ਵਿੱਚ ਹੁਣ ਪ੍ਰੋਬਲਮ ਆ ਜਾਣੀ ਹੈਗੀ ਆ, ਕਿਉਂਕਿ ਇੰਡੀਆ ਨੇ ਉੱਥੇ ਵੀਜ਼ਾ ਇਸ਼ੂ ਕਰਨ ਤੋਂ ਮੇਰੇ ਖਿਆਲ ਹੁਣ ਮਨਾ ਕਰਤਾ ਹੋਇਆ ਹੈਗਾ ਤੇ ਇਸ ਲਈ ਇਹ ਵੱਡੀ ਸਮੱਸਿਆ ਖੜੀ ਹੋ ਜਾਣੀ ਆ ਜਿਹੜੇ ਕੈਨੇਡੀਅਨ ਸਿਟੀਜ਼ਨਸ ਹੈਗੇ ਆ। बिल्कुल इन्होंने मसलों के वैसे सुखपाल सिंह खैरा बड़ी बेबाकी दे नाल अपने सोशल मीडिया जरिए या उदा भी मीडिया च आके वो गलबात रख रहे हैं कि घट गिणतियां की सुरक्षा के उत्ते जिहड़ा भारत सरकार नूं जाए जो इल्जाम लग रहे हैं उहदे उत्ते अपना स्पष्टीकरण देना चाहिए, खासकर लॉरेंस बिश्नोई की गल। ये बहुत अहम पक्ष है भारत तो लैके कैनेडा या होर मुल्कां दे विच या असी पाकिस्तान या यूके की गल करें जिथे जिथे सिखां की टारगेट किलिंग हुई या जिथे जिवें हुण महाराष्ट्र दे विच बाबा सिद्दीकी दा कतल किया गया, सलमान खान को धमकियां, इधर साडी पंजाब सरकार नूं भी कहा कि असीं जिहड़ी ओह इंटरव्यू हुई सी ओह मामले च कार्रवाई कर रहे हैं। बिक्रम मजीठिया उस नवे तत्त लैके सामने आते हैं कि जी तो गोडे टेक गए लॉरेंस बिश्नोई अगे। आखिरकार लॉरेंस बिश्नोई ने इन्ना वड्डा क्यों किया जा रहा? उधरों दाऊद इब्राहिम या बाकी मुल्कां दे आपो अपने बहुत वड्डे सरगने होंदे ने कि भारत उस तरीके का एक सरगना खड़ा कर रहा है जिन्हों एजेंसियां दी मतलब कि पुष्ट बनाई है। की कारण है कि उन्होंने इन्ना वड्डा किया जां पंजाब सरकार इस मामले में तरिंदी क्यों है, फूक फूक के कदम क्यों रखती है? तुसीं देखो हुण बॉम्बे दे विच बाबा सदीकी का कतल होया हैगा, उहदे विच बंदे फड़े भी गए हैगे ते उहदे जिहड़ी जिम्मेवारी है लॉरेंस बिश्नोई दे गैंग ने लई हैगी है ते ओह हैगा साबरमती जेल दे विच अहमदाबाद दे विच ते जिहड़ी मुंबई पुलिस हैगी आ बॉम्बे दी पुलिस उन्हां नूं इह इन्नी पावर नहीं हैगी उन्हां कोले कि उहनूं उत्थों लिया के अरेस्ट वारंट ते ओह बॉम्बे लिया सकण, क्योंकि उन्होंने कोले जिहड़ा लॉरेंस बिश्नोई आ उहदे कोले एक धारा हैगी है जिहड़ी कि होम मिनिस्ट्री ने उन्होंने सैंक्शन दी हुई है भी इहनूं किसी भी होर इन्वेस्टिगेशन विच वो खत्म 1 साल का पीरियड खत्म हो गया सी, हुण उन्हों ने होर साल लई वह धारा वधाती हैगी है जिहदे राही उहदे ते कोई क्वेश्चन नहीं हो सकता। जे कोई क्वेश्चन करनी हैगी आ बॉम्बे पुलिस ने तो वह जाके अहमदाबाद जेल विच जाके क्वेश्चनिंग कर सकती है पर उन्होंने वारंट ते वह बॉम्बे नहीं लिया सकते किसी भी कोर्ट विच। मतलब इहदा मतलब हैगा कि उन्होंने किसी ना किसी पावरफुल मतलब कि एजेंसीज की कह लो जां किसी मतलब कि ताकतां दी उन्होंने प्रोटैक्शन हैगी आ। तुसीं देखो इत्थे खर्ड़ दे विच ਉਹਦੀ ਕਿੰਨੀ ਬੇਬਾਕੀ ਨਾਲ ਇੰਟਰਵਿਊ ਹੋਈ ਹੈਗੀ ਹੈ ਜਿਹਦੇ ਬਾਰੇ ਹੁਣ ਤੁਸੀਂ ਜ਼ਿਕਰ ਵੀ ਕੀਤਾ ਹੈਗਾ। 10 ਦਿਨ ਦਾ ਟਾਈਮ ਮੰਗਿਆ ਹੈਗਾ ਪੰਜਾਬ ਪੁਲਿਸ ਤੇ DGP ਨੇ, ਅਸੀਂ ਕਿ ਉਹਨੇ 10 ਦਿਨਾਂ ਦੇ ਵਿੱਚ ਅਸੀਂ ਜਿਹੜੇ ਜ਼ਿੰਮੇਵਾਰ ਆਫੀਸਰਸ ਹੈਗੇ ਉਹਨਾਂ ਤੇ ਐਕਸ਼ਨ ਲਵਾਂਗੇ। ਸੋ ਹੁਣ ਦੇਖਦੇ ਆਪਾਂ ਕੀ ਐਕਸ਼ਨਸ ਲੈਂਦੇ ਹੈਗੇ ਆ, ਪਰ ਜਿਹੜੀ ਇਸ ਤਰ੍ਹਾਂ ਦੀ ਇੰਟਰਵਿਊ ਹੋਣੀ ਜੇਲ੍ਹ ਵਿੱਚੋਂ ਇਹ ਅਨਲੈਸ ਐਂਡ ਅੰਟਿਲ ਯੂ ਆਰ ਗਿਵਨ ਪ੍ਰੋਟੈਕਸ਼ਨ ਬਾਈ ਹਾਇਰ ਆਫੀਸ਼ੀਅਲਸ ये हो ही नहीं सकती, संभव ही है नहीं है। बिल्कुल इसी करके तो लगातार सवाल उठते हैं ना। मैं शायद राम गोपाल वर्मा ने बहुत बड़े जिहड़े फिल्म साज ने वो इस गल का जिक्र करते हैं कि देखो किस तरीके दे नाल एक बंदा जेल च बैठा सारा नैटवर्क चलाउंदा है, जे कोई इदां दी कहानी बना के फिल्म पेश करे तो लोगों ने यकीन ही नहीं करना कि वो कैनेडा तक मतलब कि विदेशों तक मार रख रहा है, कि वो इन्ना वड्डा सरगना बन चुका है। पर वो तो पुछगिछ नहीं हो सकती क्योंकि वो पुलिस के मतलब कि बिल्कुल। अच्छा गिल साहब हुण अगली गल असीं जो मतलब किसानां दे मसले दे उत्ते आ कि उधरों भी दबाव वधदा जा रहा है। पंजाब सरकार बहुत बुरी फसी हुई है, पंचायती चोणां दा रौला रप्पा लंघ गया किते मतलब कि दुबारा फिर अज वोटां पै रहियां कुछ थां दे उत्ते, काफी खून खराबा भी होया, गोलियां भी चलियां, वो लंघिया। पर जिहड़ा हुण किसानां ने अपना इक्का शुरू कीता, उन्हां ने कल तो टोल प्लाजे सारे कहंदे फ्री कर देने पंजाब वाले, दूजा उन्होंने उग्राह जथेबंदी ने कहा, दूजा उन्होंने कहा कि 18 मार्च तो जिन्ने MP ने जिन्ने मंत्री ने आम आदमी पार्टी के संसद मैंबर वगैरह इन्हों का जिक्र तो दूजा BJP का भी जिक्र किया कि उन्होंने आगू इन्होंने सारे के घर के बाहर कहते असीं पक्का मोर्चा ला देना। बहुत मंगां ने, झोने का भी फसल चुकाउण दी मंग है जां होर मंगां ने। किसानां दे इस कदम नूं असीं किवें वेखीए कि मसले सुलझ नहीं रहे, मसले होर उलझ रहे ने ते किसान धरनियां तक सीमित ने जां उह सरकार नाल गलबात हो जांदी है, महीना 2-4 महीने होर टप जांदे ने, इन्हां मसलियां दा हल फिर भी निकलदा। ਇਹ ਸਾਰੀ ਤੇ ਸਾਰੀ ਜਿਹੜੀ CM ਭਗਵੰਤ ਮਾਨ ਦੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਨਾ ਉਹਨਾਂ ਦਾ ਫੇਲੀਅਰ ਹੈਗਾ ਟੋਟਲ। ਜਿਹੜੀ ਪ੍ਰੋਕਿਊਰਮੈਂਟ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਕਿ ਪ੍ਰੋਬਲਮਸ ਆ ਰਹੀਆਂ ਨੇ ਫਾਰਮਰਸ ਨੂੰ, ਕਈ ਦਿਨਾਂ ਦੇ ਫਾਰਮਰਸ ਮੰਡੀਆਂ ਵਿੱਚ ਰੁਲ ਰਹੇ ਹੈਗੇ ਆ, ਝੋਨਾ ਵਿਕ ਨਹੀਂ ਰਿਹਾ ਹੈਗਾ, ਉਹਨਾਂ ਦੀਆਂ ਕੰਡੀਸ਼ਨਸ ਹੈਗੀਆਂ ਨੇ, ਕੁਛ ਸਟ੍ਰਾਈਕ ਚੱਲ ਰਹੀ ਹੈਗੀ, ਆੜਤੀਆਂ ਦੀ ਮਿਲਰਸ ਜਿਹੜੇ ਹੈਗੇ ਆ ਉਹ ਆਪਣੀ ਥਾਂ ਤੇ ਵਿਰੋਧ ਕਰ ਰਹੇ ਹੈਗੇ, ਖੇਤ ਮਜ਼ਦੂਰ ਆਪਣੇ ਥਾਂ ਤੇ ਵਿਰੋਧ ਕਰ ਰਹੇ ਹੈਗੇ ਆ ਤੇ ਫਾਰਮਰਸ ਆਪਣੇ ਥਾਂ ਤੇ ਵਿਰੋਧ ਕਰ ਰਹੇ ਕਿਉਂਕਿ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਮੰਡੀਆਂ ਦੇ ਵਿੱਚ। उन्हां ते सगों एक्सट्रा बोझ पाए जा रहे हैं आ उन्हां नूं मजबूर कीता जा रहा कि वह प्राइवेट प्लेयर्स नूं सस्ते भाव ते अपना झोना बेचण क्योंकि नहीं इन्ने दिन उन्होंने उत्थे खुले आसमान दे विच झोना सामना किवें इस करके एक स्टैप चक्के जा रहे हैगे आ ताकि गवर्नमेंट ते प्रैशर बिल्डअप होण। देखो पिछले दिनां च सीएम भगवंत मान फूड सप्लाई मंत्री नूं मिल के आए हैगे आ ते इह मीटिंग अज तो महीना दो महीने पहले क्यों नहीं कीती गई? खड़े पैर की कीता गया ते नाले हुण किहड़ा हजे झोना चक्कण लग गए क्योंकि ਜਿਹੜਾ ਪਹਿਲੇ ਸਟੋਰੇਜ ਫੈਸਿਲਿਟੀ ਸਾਰੀਆਂ ਨੱਕੋ ਨੱਕ ਭਰੀਆਂ ਹੋਈਆਂ ਹੈਗੀਆਂ ਪਹਿਲੇ ਉੱਥੋਂ ਝੋਨਾ ਚੱਕਿਆ ਜਾਊਗਾ। ਸ਼ੈਲਰਸ ਵਾਲੇ ਕਹਿੰਦੇ ਆ ਕਿ ਸਾਡੇ ਕੋਲੇ ਕੋਈ ਜਗ੍ਹਾ ਨਹੀਂ ਹੈਗੀ ਨਵਾਂ ਝੋਨਾ ਲਿਆਉਣ ਨੂੰ ਕਿਉਂਕਿ ਸਾਡਾ ਪੁਰਾਣਾ ਝੋਨਾ ਹੀ ਨਹੀਂ ਅਜੇ ਤੱਕ ਚੱਕਿਆ ਗਿਆ ਹੈਗਾ। ਉਧਰੋਂ ਆੜਤੀਆਂ ਦਾ ਤੇ ਦੂਜਿਆਂ ਦਾ ਪੇਮੈਂਟ ਦਾ ਰੌਲਾ ਹੈਗਾ। ਇਸੇ ਤਰ੍ਹਾਂ ਖੇਤ ਮਜ਼ਦੂਰਾਂ ਦੀ ਆਪਣੀ ਮਜ਼ਦੂਰੀ ਦਾ ਰੌਲਾ ਹੈਗਾ ਵੀ ਸਾਨੂੰ ਹਰਿਆਣੇ ਨੂੰ ਜਿੰਨੀ ਮਜ਼ਦੂਰੀ ਦਿੱਤੀ ਜਾ ਰਹੀ ਹੈ ਮਜ਼ਦੂਰਾਂ ਨੂੰ ਸਾਨੂੰ ਉਨੀ ਘੱਟੋ ਘੱਟ ਮਜ਼ਦੂਰੀ ਤਾਂ ਦਿਓ ਆਪਣੇ ਮਜ਼ਦੂਰੀ ਘੱਟ ਹੈਗੀ ਇੱਥੇ। ਮੈਂ ਪਿੰਡ ਦੀ ਆਪਣੇ ਗੱਲ ਕੀਤੀ ਝੋਨਾ ਰੋਲ ਰਿਹਾ ਮੰਡੀਆਂ 'ਚ ਬਿਲਕੁਲ ਸੜਕਾਂ ਤੇ ਝੋਨਾ ਪਿਆ ਹੈਗਾ ਮੰਡੀਆਂ ਵਾਲੇ ਮਜ਼ਦੂਰਾਂ ਦਾ। ਹਾਂ ਤੇ ਗਵਰਨਮੈਂਟ ਆਪਣਾ ਬਿਜ਼ੀ ਹੈਗੀ ਆ। पहले यह पंचायत चोणा च बिजी सीगे जिथे इन्नियां धांधलियां होईयां है पंचायत चोणा मतलब कि सिरे की हेरा फेरी हुई हैगी धक्का होया लोकां नाल ब्लेटेंट धक्का होया हैगा मतलब कि इन्ना धक्का लोकी कहंदे वी अज तक किसी पंचायत चोणा च नहीं होया हैगा जिहड़ी कि अपने आप नूं आम पार्टी की सरकार कहंदी हैगी है। ते जिहड़े काम करने ने प्रोक्योरमेंट वाले किसानां दा देखना इस टाइम ते उन्हां दा पीक सीजन हुंदा हैगा। ਹੁਣ ਬਾਈ ਇਲੈਕਸ਼ਨਸ ਦਾ ਦੌਰ ਚੱਲ ਪੈਣਾ ਹੈਗਾ 13 ਨਵੰਬਰ ਨੂੰ ਇਲੈਕਸ਼ਨ ਹੋਣੀ ਹੈਗੀ ਆ। ਹੁਣ ਇਹਨਾਂ ਗਵਰਨਮੈਂਟ ਨੇ ਉਧਰ ਬਿਜ਼ੀ ਹੋ ਜਾਣਾ ਤੇ ਫਾਰਮਰਸ ਦੀ ਕੌਣ ਸੁਣੂਗਾ ਗੱਲ ਤੇ ਆਮ ਲੋਕਾਂ ਦੀ ਲਾਅ ਐਂਡ ਆਰਡਰ ਨਾਲ ਸਮੱਸਿਆ 'ਚ ਘਿਰੇ ਹੋਏ ਨੇ ਲੋਕ ਉਹਦਾ ਕੋਈ ਵਾਲੀ ਵਾਰਸ ਨਹੀਂਗਾ। ਸੋ ਇਹ ਸਾਰੇ ਪਾਸਿਓਂ ਗਵਰਨਮੈਂਟ ਦਾ ਫੇਲੀਅਰ ਸਾਫ਼ ਨਜ਼ਰ ਦਿਖਾਈ ਦੇ ਰਿਹਾ ਹੈਗਾ। ਅਖੀਰ 'ਚ ਗਿੱਲ ਸਾਹਿਬ ਉਹ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀਗੀ ਸ਼ੰਭੂ ਬਾਰਡਰ ਵਾਲੇ ਜਿਵੇਂ ਡੱਲੇਵਾਲ ਸਾਹਿਬ ਹੋ ਗਏ ਪੰਧੇਰ ਸਾਹਿਬ ਇਹ ਉਹਨਾਂ ਨਾਲ ਗੱਲਬਾਤ ਨਹੀਂ ਕਰ ਰਹੇ। ਇਹ ਕਹਿੰਦੇ ਕਿ ਉਹ ਬਾਰਡਰ ਤਾਂ ਉਹਨਾਂ ਨੇ ਬੰਦ ਕੀਤਾ ਹਰਿਆਣੇ ਵਾਲਿਆਂ ਨੇ। ਹਰਿਆਣੇ 'ਚ ਫਿਰ ਬੀਜੇਪੀ ਜਿਹੜੀ ਉਹ ਰਿਵਾਈਵ ਕਰ ਗਈ ਆ। ਉਧਰ ਚਲੂਨੀ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਲਈ ਮੈਦਾਨ ਅਸੀਂ ਬਣਾਇਆ ਸੀਗਾ ਇਹ ਉਹਦਾ ਫਾਇਦਾ ਨਹੀਂ ਚੱਕ ਕੇ ਸਕੇ। ਹੁੱਡਾ ਸਾਹਿਬ ਤੇ ਸਵਾਲ ਉੱਠ ਰਹੇ ਨੇ ਉਹ ਆਪੋ ਚੁੜ ਜੇ ਹੋਏ ਨੇ। ਇਹ ਮਸਲੇ ਦਾ ਇਹ ਖੜੋਤ ਕਦੋਂ ਖਤਮ ਹੋਏਗੀ? ਮਤਲਬ ਹੱਲ ਨਿਕਲਣਾ ਚਾਹੀਦਾ ਨਾ ਕਿ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਆ ਸਾਰੇ ਕਿਸਾਨਾਂ ਨੂੰ ਇਕੱਲੇ ਇਹਦੀ ਸ਼ੰਭੂ ਵਾਲੇ ਦੀ ਬਾਕੀ ਸਾਰੇ ਐਸਕੇਐਮ ਵਾਲੇ ਕੀ ਇਹਨਾਂ ਨੂੰ ਇਕੱਠਿਆਂ ਬਹਿ ਕੇ ਨਹੀਂ ਚਾਹੀਦਾ ਕਿ ਘੱਟੋ ਘੱਟ ਕੁੱਝ ਨਾ ਕੁੱਝ ਤਾਂ ਸੰਵਾਦ ਅੱਗੇ ਰਚਾਇਆ ਜਾਵੇ? ਏਦਾਂ ਹੀ ਜੇ ਮਤਲਬ ਖੜਿਆ ਰਿਹਾ ਸਾਰਾ ਕੁਝ ਤੇ ਫਿਰ ਕਿੱਦਾਂ ਚੱਲੇਗਾ? ਇਹ ਕਮੇਟੀ ਕੋਲੇ ਕਿਹੜਾ ਕੋਈ ਪਾਵਰ ਹੈਗੀ ਹੈ? ਉਹਨਾਂ ਨੇ ਫਾਰਮਰ ਜਥੇਬੰਦੀਆਂ ਨੇ ਇਹ ਕਿਹਾ ਵੀ ਅਸੀਂ ਤਾਂ ਕਮੇਟੀ ਦੀ ਮੰਗ ਹੀ ਨਹੀਂ ਕੀਤੀ ਬਣਾਉਣ ਦੀ। ਅਸੀਂ ਤਾਂ ਇਹ ਕਿਹਾ ਵੀ ਸਾਡੇ ਬਾਰਡਰ ਖੋਲੋ ਤੇ ਬਾਰਡਰ ਗਵਰਨਮੈਂਟ ਨੇ ਖੋਲਣੇ ਹੈਗੇ ਆ। ਸਗੋਂ ਸੁਪਰੀਮ ਕੋਰਟ ਨੂੰ ਜਾਂ ਜਿਹੜੇ ਸੰਬੰਧਿਤ ਕੋਰਟਸ ਹੈਗੀਆਂ ਨੇ ਉਹਨਾਂ ਨੂੰ ਤਾਂ ਸਗੋਂ ਸੈਂਟਰਲ ਲੀਡਰਸ਼ਿਪ ਜਾਂ ਸਟੇਟ ਲੀਡਰਸ਼ਿਪ ਨੂੰ ਕਹਿਣਾ ਚਾਹੀਦਾ ਸੀ ਵੀ ਇਹਨਾਂ ਨਾਲ ਡਾਇਲੌਗ ਚ ਇੰਗੇਜ ਕਰਨ। ਉਹ ਸਿੱਧਾ ਕਮੇਟੀਆਂ ਕਿਉਂ ਇੰਗੇਜ ਕਰਨਗੀਆਂ? ਇਹ ਤਾਂ ਉਹਨਾਂ ਦਾ ਸਹੀ ਡਿਸੀਜਨ ਹੈਗਾ ਮਿਲ ਕੇ ਵੀ ਕੀ ਕਰਨਗੇ? ਉਹਨਾਂ ਕੋਲੇ ਕਿਹੜਾ ਕੋਈ ਹੱਲ ਹੈਗਾ? ਇਹ ਤਾਂ ਮਤਲਬ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਅਪਰੋਚ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਪਹਿਲੇ 3-4 ਮੀਟਿੰਗਸ ਹੋਈਆਂ ਸੀਗੀ ਉਸ ਤਰ੍ਹਾਂ ਦੀਆਂ ਮੀਟਿੰਗਸ ਹੋਣ ਤਾਂ ਕਿ ਇਹ ਜਿਹੜੀ ਸਟੇਲਮੇਟ ਪਿਛਲੇ 8-9 ਮਹੀਨਿਆਂ ਤੋਂ ਬਣੀ ਹੋਈ ਹੈਗੀ ਆ ਇਹ ਟੁੱਟ ਸਕੇ ਆ। ਬਿਲਕੁਲ ਸ਼ੁਕਰੀਆ ਗਿੱਲ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ ਸੁਖਵਿੰਦਰ।